ਜੂਨ 84 ਤੇ ਉਸ ਕੱਲੂ ਘਾਰੇ ਦੇ ਵਿੱਚ ਕੌਮ ਨੇ ਕਿਹੋ ਜਿਹਾ ਦਰਦ ਨੂੰ ਹੰਡਾਇਆ ਤੇ ਉਸ ਸੰਘਰਸ਼ ਦੇ ਦੌਰਾਨ ਕਿਸ ਤਰ੍ਹਾਂ ਨੌਜਵਾਨ ਵੀਰਾਂ ਨੇ ਸਬਰ ਦੇ ਨਾਲ ਜ਼ਬਰਦਸਤ ਮੁਕਾਬਲਾ ਕੀਤਾ ਸਰਦਾਰ ਗੁਰਦੇਵ ਸਿੰਘ ਦੇ ਅੱਬੂ ਜਿਨ੍ਹਾਂ ਨੇ ਸਰਕਾਰੀ ਤੰਤਰ ਦੇ ਜ਼ਬਰਦਸਤ ਮੁਕਾਬਲਾ ਆਪਣੀ ਪਿੱਠ ਦੇ ਉੱਪਰ ਆਪਣੀ ਹਿੱਕ ਦੇ ਉੱਪਰ ਸਬਰ ਦੇ ਨਾਲ ਸਹਿਆ ਪੁਣਾ ਨੂੰ ਗਰਮ ਪਾਣੀ ਦੇ ਕੜਾਹੀ ਦੇ ਵਿੱਚ ਡੋਬ-ਡੋਬ ਕੇ ਜਿਹੜਾ ਸੀ ਜਿਸਮ ਨੂੰ ਸਾੜ-ਸਾੜ ਕੇ ਜਿਹੜਾ ਸੀ ਉਹ ਸ਼ਹੀਦ ਕੀਤਾ ਗਿਆ ਕਿ ਪੈਰਾਂ ਤੋਂ ਫੜ ਕੇ ਇਹਨੂੰ ਕੜਾਹੀ ਦੇ ਵਿੱਚ ਪਾਣੀ ਵਾਲਦੇ ਦੇ ਵਿੱਚ ਸਟਰਾ ਸੀਗੇ ਤੇ ਕੱਢ ਲੈਂਦੇ ਸੀਗੇ ਫਿਰ ਇੱਥੇ ਸੜਦੇ ਸੀਗੇ ਦੇਸਾਂ ਦੇ ਬੂ ਜਿਹੜਾ ਜੱਲੋਵਾਲ ਬੰਗਲੇ ਦੇ ਵਿੱਚ ਛੀਦ ਕੀਤਾ ਗਿਆ ਤੇ ਉੱਥੇ ਉਹਨਾਂ ਨੇ ਪੁਲਿਸ ਵਾਲਿਆਂ ਨੇ ਜਿਹੜਾ ਤਸ਼ੱਦਦ ਕੀਤਾ ਉਹ ਸਤਨਾਮ ਵਾਹਿਗੁਰੂ ਦੀ ਬਾਜਬਾਰ ਆਉਂਦੀ ਰਹੀ ਆ ਕੋਈ ਹੋਰ ਕੋਈ ਸਾਨੂੰ ਕੋਈ ਆਵਾਜ਼ ਨਹੀਂ ਸੁਣੀ ਤੇ ਅਰਾ ਬੜਿਆ ਹੋਇਆ ਸੀ ਉਬਲਿਆ ਸੀ ਹੱਥ ਵੀ ਨਹੀਂ ਸੀ ਲੱਗਦਾ ਕਿਸੇ ਹੱਥ ਨੂੰ ਨਹੀਂ ਸੀ ਹੱਥ ਲਾ ਸਕਦਾ ਜਿੰਨਾਂ ਦੇ ਉਹ ਸਰਕਾਰੀ ਜ਼ਬਰ ਦੇ ਸਾਹਮਣੇ ਸਬਰ ਨੂੰ ਵੇਖ ਕੇ ਖੁਦ-ਬਖੁਦ ਕੁਝ ਸ਼ਾਇਰਾਂ ਦੀਆਂ ਉਹ ਗੱਲਾਂ ਯਾਦ ਆ ਜਾਂਦੀਆਂ ਨੇ ਮਤਪੂਸ਼ ਮੇਰੇ ਸਬਰ ਕੀ ਇੰਤਹਾ ਕਹਾਂ ਤੱਕ ਹੈ ਸਤਾਕਰ ਦੇਖ ਕੇ ਜ਼ਾਲਿਮ ਤੂੰ ਜ਼ਬਰ ਕਹਾਂ ਤੱਕ ਹੈ ਉਹ ਹੋਰ ਹੋਣਗੇ ਜਿन्हे ਮੌਤ ਆ ਗਈ ਹੋਗੀ ਹਮੇ ਤੋ ਦੇਖਣਾ ਇਹ ਹੈ ਕਿ ਤੂੰ ਜ਼ਾਲਿਮ ਕਹਾਂ ਤੱਕ ਹੈ ਉਹ ਸਾਰੀ ਜਾਣਕਾਰੀ ਲੈਣ ਦੇ ਵਾਸਤੇ ਅੱਜ ਸਟੂਡੀਓ ਦੇ ਵਿੱਚ ਨੇ ਉਹਨਾਂ ਦੇ ਭੈਣ ਜੀ ਬੀਬੀ ਨਿਰੰਦਰ ਕੌਰ ਜੀ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਸਿੱਖ ਚੈਨਲ ਨੂੰ ਸੈਟਲਾਈਟ ਤੇ ਰਹੀਂ ਜਾਂ ਫਿਰ ਇੰਟਰਨੈਟ ਦੇ ਚਰੀਏ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਆਪ ਜਾਣਦੇ ਹੋ ਕਿ ਅਸੀਂ ਜੂਨ 84 ਦੇ ਉਸ ਘੱਲੂ ਘਾਰੇ ਦੀ ਯਾਦ ਦੇ ਵਿੱਚ ਉਹ ਇਹੋ ਜਿਹੇ ਪ੍ਰੋਗਰਾਮ ਉਲੀਕੇ ਨੇ ਤਾਂ ਜੋ ਸੰਗਤਾਂ ਨੂੰ ਇਹ ਪਤਾ ਲੱਗ ਸਕੇ ਕਿ ਜੂਨ 84 ਦੇ ਉਸ ਘੱਲੂ ਘਾਰੇ ਦੇ ਵਿੱਚ ਕੌਮ ਨੇ ਕਿਹੋ ਜਿਹੇ ਦਰਦ ਨੂੰ ਹੰਡਾਇਆ ਉਸ ਦਰਦ ਤੋਂ ਬਾਅਦ ਕਿਸ ਤਰ੍ਹਾਂ ਨੌਜਵਾਨੀ ਹਥਿਆਰਬੰਦ ਸੰਘਰਸ਼ ਵਾਸਤੇ ਮਜਬੂਰ ਹੋਈ ਤੇ ਉਸ ਸੰਘਰਸ਼ ਦੇ ਦੌਰਾਨ ਕਿਸ ਤਰ੍ਹਾਂ ਨੌਜਵਾਨ ਵੀਰਾਂ ਨੇ ਸਬਰ ਦੇ ਨਾਲ ਜ਼ਬਰਦਸਤ ਮੁਕਾਬਲਾ ਕੀਤਾ ਬੇਸ਼ੱਕ ਨਾਮ ਅਣਗਿਣਤ ਨੇ ਸ਼ਹੀਦ ਸਿੰਘਾਂ ਦੀ ਸੂਚੀ ਬਹੁਤ ਵੱਡੀ ਹੈ ਸ਼ਾਇਦ ਸਾਰਿਆਂ ਦੇ ਬਾਰੇ ਜਾਣਕਾਰੀ ਨਹੀਂ ਦੇ ਸਕਾਂਗੇ ਤੇ ਸ਼ਾਇਦ ਉਹਨਾਂ ਦੇ ਉੱਪਰ ਬੱਪਰੇ ਦਰਦ ਨੂੰ ਬਿਆਨ ਵੀ ਨਹੀਂ ਕਰ ਸਕਾਂਗੇ ਪਰ ਕੁਝ ਐਸੇ ਵੀਰ ਨੇ ਜਿਨ੍ਹਾਂ ਦੇ ਉਸ ਸਰਕਾਰੀ ਜ਼ਬਰ ਦੇ ਸਾਹਮਣੇ ਸਬਰ ਨੂੰ ਵੇਖ ਕੇ ਖੁਦ ਬਖੁਦ ਕੁਝ ਸ਼ਾਇਰਾਂ ਦੀਆਂ ਉਹ ਗੱਲਾਂ ਯਾਦ ਆ ਜਾਂਦੀਆਂ ਨੇ ਮਤਪੂਸ਼ ਮੇਰੇ ਸਬਰ ਕੀ ਇੰਤਹਾ ਕਹਾਂ ਤੱਕ ਹੈ ਸਤਾਕਰ ਦੇਖਲੇ ਜ਼ਾਲਿਮ ਤੂੰ ਜ਼ਬਰ ਕਹਾਂ ਤੱਕ ਹੈ ਉਹ ਹੋਰ ਹੋਣਗੇ ਜਿन्हे ਮੌਤ ਆ ਗਈ ਹੋਗੀ ਹਮੇ ਤੋ ਦੇਖਣਾ ਇਹ ਹੈ ਕਿ ਤੂੰ ਜ਼ਾਲਿਮ ਕਹਾਂ ਤੱਕ ਹੈ ਅਜੇ ਹੀ ਕੋਈ ਸੂਰਬੀਰ ਯੋਧਿਆਂ ਦੇ ਵਿੱਚੋਂ ਸਨ ਸਰਦਾਰ ਗੁਰਦੇਵ ਸਿੰਘ ਦੇ ਅੱਬੂ ਜਿਨ੍ਹਾਂ ਨੇ ਸਰਕਾਰੀ ਤੰਤਰ ਦੇ ਜ਼ਬਰ ਦਾ ਮੁਕਾਬਲਾ ਆਪਣੀ ਪਿੱਠ ਦੇ ਉੱਪਰ ਆਪਣੀ ਹਿੱਕ ਦੇ ਉੱਪਰ ਸਬਰ ਦੇ ਨਾਲ ਸਹਿਆ ਕਿਸ ਤਰ੍ਹਾਂ ਇਸ ਸੰਘਰਸ਼ ਦੇ ਵਿੱਚ ਕੁੱਦੇ ਕਿਸ ਪਰਿਵਾਰ ਤੇ ਪਿਛੋਕੜ ਦੇ ਨਾਲ ਉਹਨਾਂ ਦਾ ਸਬੰਧ ਸੀ ਉਹ ਸਾਰੀ ਜਾਣਕਾਰੀ ਲੈਣ ਦੇ ਵਾਸਤੇ ਅੱਜ ਸਟੂਡੀਓ ਦੇ ਵਿੱਚ ਨੇ ਉਹਨਾਂ ਦੇ ਭੈਣ ਜੀ ਬੀਬੀ ਨਿਰਿੰਦਰ ਕੌਰ ਜੀ ਸਟੂਡੀਓ ਵਿੱਚ ਆਪ ਨੂੰ ਜੀ ਆਖਦੇ ਆਂ ਤੇ ਆਉ ਸੰਗਤ ਦੇ ਨਾਲ ਫਤਿਹ ਦੀ ਸਾਂਝ ਪਾਉਂਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਰਮਨੀ ਸਥਿਤ ਫ੍ਰੈਂਕਫਰਟ ਦੇ ਇਸ ਸਿੱਖ ਚੈਨਲ ਦੇ ਸਟੂਡੀਓ ਦੇ ਵਿੱਚ ਭੈਣ ਜੀ ਸੰਗਤਾਂ ਦੇ ਰੂਪ ਰੂਪ ਨੇ ਸਭ ਤੋਂ ਪਹਿਲਾਂ ਭੈਣ ਜੀ ਤੁਹਾਨੂੰ ਸਵਾਲ ਕਿਸ ਪਿੰਡ ਦੇ ਪੰਜਾਬ ਵਿੱਚ ਰਹਿਣ ਵਾਲਿਓ ਕਿਸ ਪਰਿਵਾਰ ਦੇ ਵਿੱਚ ਜਨਮ ਹੋਇਆ ਤੇ ਕਿਸ ਤਰ੍ਹਾਂ ਸਰਦਾਰ ਗੁਰਦੇਵ ਸਿੰਘ ਦੇਬੂ ਇਸ ਸੰਘਰਸ਼ ਦੇ ਵਿੱਚ ਆਏ ਪਿੰਡ ਸਾਡਾ ਵੀਰਜੀ ਧੀਰਪੁਰਿਆ ਡਿਸਟ੍ਰਿਕਟ ਜਲੰਧਰ ਵੀਰਜੀ 18 ਸਾਲ ਬਾਅਦ ਸਾਡੀ ਮਾਤਾ ਕੋਲ ਆਏ ਸੀ ਤੇ ਮੈਟ੍ਰਿਕ ਉਹਨਾਂ ਨੇ ਦਿਾਲਪੁਰ ਕੀਤੀ 10ਵੀਂ ਉਸ ਤੋਂ ਬਾਅਦ ਉਹ 10 ਕਰਕੇ ਬਾਅਦ ਦੇ ਵਿੱਚ ਉਹਨਾਂ ਦਾ ਮਨ ਨਹੀਂ ਮੰਨਿਆ ਕਿ ਆਪਾਂ ਪੜਾਈ ਕਰਨ ਉਹ ਬਾਅਦ ਦੇ ਵਿੱਚ ਉਹ ਮੋਟਰਾਂ ਦਾ ਕੰਮ ਸਿੱਖਣ ਲੱਗ ਪਏ ਮੋਟਰਾਂ ਦੇ ਕੰਮ ਤੋਂ ਬਾਅਦ ਉਹ ਇੰਨੇ ਕਿਮਾਰ ਹੋ ਗਏ ਕਿ ਉਹਨਾਂ ਨੂੰ ਕੰਮ ਬਹੁਤ ਜ਼ਿਆਦਾ ਮਿਲਣ ਲੱਪਿਆ ਤੇ ਕੰਮ ਜਿੱਦਾਂ ਰੋਜ਼ ਦੀਆਂ ਦੋ ਦੋ ਤਿੰਨ ਤਿੰਨ ਮੋਟਰਾਂ 'ਚ ਬੰਨਣ ਲੱਪੇ ਜਦੋਂ ਉਹਨਾਂ ਦੀ ਮੈਰਿਜ ਸੀ ਉਦੋਂ ਵੀ ਉਹ ਮੋਟਰ ਬੰਦ ਕੇ ਤੇ ਚਾਲੂ ਕਰਕੇ ਫੇਰੀ ਉਹ ਬਰਾਤੀ ਗਏ ਸੀ ਤੇ ਵੀਰ ਜੀ ਨੇ ਕੰਮ ਕਰਦੇ ਕਰਦੇ ਹੀ ਉਹਨਾਂ ਦਾ ਪ੍ਰੋਗਰਾਮ ਬਣ ਗਿਆ ਵੀ ਮੈਂ ਹੁਣ ਕੁਝ ਜਿੱਦਾਂ ਆਪਣੇ ਪਿੰਡਾਂ ਦੇ ਵਿੱਚ ਕੰਮ ਕਰਾ ਲੈਂਦੇ ਸੀ ਪੈਸੇ ਨਹੀਂ ਸੀ ਦਿੰਦੇ ਉਹਨਾਂ ਦਾ ਮਨ ਮੰਨਿਆ ਵੀ ਨਹੀਂ ਹੁਣ ਮੈਂ ਕੰਮ ਨਹੀਂ ਕਰਨਾ ਹੁਣ ਮੈਂ ਬਾਹਰ ਨੂੰ ਟੂਰ ਲਾਣਾ ਆ ਤੇ ਉਹਨਾਂ ਨੇ ਕਾਪੀ ਲਾਤੀ ਬਾਹਰ ਦੀ ਡੇਢ ਸਾਲ ਉਹ ਬੰਬੇ ਰਹੇ ਉਹਨਾਂ ਦਾ ਕੰਮ ਨਹੀਂ ਬਣਿਆ ਬਾਬਸ ਉਹ ਫਿਰ ਸਾਡੀ ਮਾਤਾ ਨੇ ਚਿੱਠੀਆਂ ਰਾਹੀਂ ਕਿਹਾ ਕਿ ਪਤ ਨਹੀਂ ਕੰਮ ਬਣਦਾ ਤੇ ਤੂੰ ਘਰ ਆ ਜਾ ਘਰ ਆ ਗਏ ਘਰ ਆ ਕੇ ਫਿਰ ਉਹਨਾਂ ਨੇ ਦੁਆਰਾ ਮੋਟਰ ਬੰਨਣ ਲੱਗੇ ਤੇ ਕਹਿਣ ਲੱਗੇ ਮਮਾ ਮੇਰੇ ਮਨ ਨਹੀਂ ਮੰਨਦਾ ਮੇਰਾ ਕੰਮ ਕਰਨ ਨੂੰ ਵੀ ਮੈਂ ਦਰਵਾਰ ਸਾਹਿਬ ਜਾਣਾ ਹੈ ਗੁਜਰਤੀ ਸਾਡੀਆਂ ਮੱਜਾਂ ਸੁਈਆਂ ਹੋਈਆਂ ਸੀ ਤੇ ਅਸੀਂ ਜੋ ਮੱਝਾਂ ਸੁੰਦੀਆਂ ਸੀ ਸਾਨੂੰ ਦੁੱਧ ਬਾਬੇ ਕਾਲੇ ਚੜਾਉਂਦੇ ਸੀ ਤੇ ਕਹਿਣ ਲੱਗਾ ਨਹੀਂ ਮੈਂ ਅਤਿ ਕੀ ਦਰਬਾਰ ਸਾਹਿਬ ਜਾਣਾ ਹੈ ਦਰਬਾਰ ਸਾਹਿਬ ਗਏ ਉੱਥੇ ਜਾ ਕੇ ਦੁੱਧ ਲੈ ਕੇ ਗਏ ਚਾਰ ਮੰਡੇ ਹੋਰ ਪਿੰਡੋਂ ਗਏ ਉਹ ਮੰਡੇ ਵਾਪਸ ਆ ਗਏ ਤੇ ਵੀਰ ਜੀ 10 ਦਿਨ ਬਾਅਦ ਘਰ ਆਏ ਮਾਤਾ ਜਾਂਦੀ ਰਹੀ ਪਿੰਡੋਂ ਨਾਲ ਪੁੱਛਦੀ ਰਹੀ ਵੀ ਕਿਉਂ ਨਹੀਂ ਆਇਓ ਕਹਿੰਦੇ ਸੰਤਾਂ ਦਾ ਉੱਥੇ ਪ੍ਰਚਾਰ ਸੁਣ ਰਿਹਾ ਉਹ ਕਹਿੰਦਾ ਮੈਂ ਹਜੇ ਨਹੀਂ ਆਉਣਾ ਮੇਰਾ ਮਨ ਨਹੀਂ ਮੰਨਿਆ ਮੇਰੇ ਮਾਤਾ ਨੂੰ ਸੁਣਾ ਦੇ ਦਿਓ ਜਾ ਕੇ ਉਸ ਤੋਂ ਬਾਅਦ ਆਇਓ 10 ਦਿਨ ਬਾਅਦ ਘਰ ਆਏ ਘਰ ਆ ਕੇ ਕਹਿਣ ਲੱਗੇ ਮਾਤਾ ਮੈਂ ਹੁਣ ਅੰਮ੍ਰਿਤ ਛਕ ਲੈਣਾ ਆ ਮਾਤਾ ਸਾਡੀ ਕਹਿੰਦੇ ਕਿ ਬਹੁਤ ਚੰਗੀ ਗੱਲ ਆ ਪੁੱਤ ਜੇ ਤੂੰ ਇਸ ਗੁਰੂ ਦੇ ਲਾੜ ਲੱਗੇ ਤੇ ਬਹੁਤ ਹੀ ਚੰਗੀ ਗੱਲ ਆ 2 ਹਫ਼ਤੇ ਕਰ ਰਹੇ ਫਿਰ ਦਰਬਾਰ ਸਾਹਿਬ ਚੱਲ ਗਏ ਦਰਬਾਰ ਸਾਹਿਬ ਜਾ ਕੇ ਉਹਨਾਂ ਨੇ ਅੰਮ੍ਰਿਤ ਪਾਨ ਕੀਤਾ ਉੱਥੇ ਕੈਂਪਟੈਂਟ ਕੀਤਾ ਭਾਈ ਅਮਰੀਕ ਸਿੰਘ ਉਹਨਾਂ ਦੇ ਨਾਲ ਬਿਲਕੁਲ ਦਰਸ਼ਕਾਂ ਨੂੰ ਅਸੀਂ ਨਾਲ-ਨਾਲ ਦੱਸਦੇ ਚਾਹੀਏ ਕਿ ਜਿਸ ਤਰ੍ਹਾਂ ਭੈਣ ਜੀ ਦੱਸ ਰਹੇ ਨੇ ਕਿ ਉਹ ਹੱਥ ਜਿਹੜੇ ਕੀਰਤ ਕਰਦੇ ਸੀ ਉਨ੍ਹਾਂ ਹੱਥਾਂ ਦੇ ਵਿੱਚ ਹਥਿਆਰ ਕਿਸ ਤਰ੍ਹਾਂ ਆਏ ਕਿਸ ਤਰ੍ਹਾਂ ਦੀ ਸ਼ਕਸ਼ੀਅਤ ਹੋਵੇਗੀ ਸント ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਦੀ ਜਿਨ੍ਹਾਂ ਦੀ ਸ਼ਕਸ਼ੀਅਤ ਦੇ ਬਾਰੇ ਕਿਸੇ ادیਬ ਦੇ ਬੋਲ ਯਾਦ ਆ ਜਾਂਦੇ ਨੇ ਹਜ਼ਾਰਾਂ ਸਾਲ ਨਰਗਿਸ ਆਪਣੀ ਬੇਨੂਰੀ 'ਤੇ ਰੋਦੀ ਹੈ ਬੜੀ ਮੁੱਦਤ ਸੇ ਹੁੰਦਾ ਹੈ ਚਮਨ 'ਮੇਂ ਦੀਦ ਵਰ ਪੈਦਾ ਇਹੋ ਜਿਹੇ ਲੀਡਰ ਸント ਜਰਨੈਲ ਸਿੰਘ ਵਰਗੇ ਮਰਦੇ ਕਾਮਲ ਲੀਡਰ ਜਿਹੜੇ ਲੀਡਰ ਕੈਂਪਾਂ 'ਚ ਨਹੀਂ ਬਣਾਏ ਜਾਂਦੇ ਜਿਹੜੇ ਲੀਡਰ ਰਾਜਨੀਤਿਕ ਪਾਰਟੀਆਂ 'ਚੋਂ ਨਹੀਂ ਨਿਕਲਦੇ ਜਿਨ੍ਹਾਂ ਲੀਡਰਾਂ ਨੂੰ ਕੁਦਰਤ ਬਖਸ਼ਿਸ਼ ਕਰਦੀ ਹੈ ਤੇ ਉਹਨਾਂ ਲੀਡਰਾਂ ਦੇ ਵਿੱਚ ਐਸੀ ਕشش ਐਸੀ ਖਿੱਚ ਹੁੰਦੀ ਹੈ ਕਿ ਕਿਰਤਕਰ ਦੇ ਨੌਜਵਾਨ ਜਦੋਂ ਉਸ ਲੀਡਰ ਦੇ ਸ਼ਰਦਾ ਦੇ ਧਾਇਰੇ ਚ ਜਾਂਦੇ ਨੇ ਤਾਂ ਉਹ ਖੁਦ-ਖੁਦ ਆਪਣੇ ਹੱਕ ਲੈਣ ਲਈ ਮਜਬੂਰ ਹੋ ਜਾਂਦੇ ਸਨ ਸੋ ਐਸੇ ਨੌਜਵਾਨ ਸੀ ਸਰਦਾਰ ਗੁਰਦੇਵ ਸਿੰਘ ਦੇਬੂ ਜਿਹੜੇ ਆਪਣੀ ਕਿਰਤ ਕਰਦੇ ਸੀ ਮੋਟਰਾਂ ਬਨ ਕੇ ਉਸ ਗੁਰਨਾਨਕ ਸੱਚੇ ਪਾਤਸ਼ਾਹ ਦੇ ਨਾਮ ਜਪਣ ਤੇ ਕਿਰਤ ਕਰਨ ਦੇ ਸਿਧਾਂਤ ਦੇ ਨਾਲ ਜੁੜੇ ਹੋਏ ਸੀ ਉਸ ਕਿਰਤ ਕਰਨ ਦੇ ਸਿਧਾਂਤ ਦੇ ਨਾਲ ਜੁੜਿਆ ਹੋਇਆ ਇਹ ਨੌਜਵਾਨ ਵੀਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ ਕੋਲ ਗਿਆ ਉਹਨਾਂ ਦੀ ਸ਼ਖਸੀਅਤ ਦੀ ਐਸੀ ਖਿੱਚ ਕਿ ਉਸ ਮਿਕਤਾ ਨਹੀਂ ਸੀ ਸ਼ਖਸੀਅਤ ਨੇ ਅਮਰਤੀ ਦਾਤ ਲੈਣ ਵਾਸਤੇ ਧੂ ਜਿਹੜੀ ਸੀ ਉਹ ਕਲੇਜੇ ਚ ਪਾਈ ਖੰਡੇ ਬਾਟੇ ਦੀ ਪਾਹੂ ਲੈ ਕੇ ਉਹਨਾਂ ਨੇ ਸਿਕਸ ਸਟੂਡੈਂਟ ਫੈਡਰੇਸ਼ਨ ਦੇ ਦੌਰਾਨ ਆਪਣਾ ਬਤੌਰ ਮੈਂਬਰ ਫੈਡਰੇਸ਼ਨ ਦੇ ਆਪਣਾ ਕਹਿ ਸਕਦੇ ਹਾਂ ਕਿ ਖਾਲਸਾ ਪੰਥ ਦੀ ਆਜ਼ਾਦੀ ਦਾ ਸੰਘਰਸ਼ ਜਿਹੜਾ ਸੀ ਉਹ ਆਰੰਭ ਕਰ ਦਿੱਤਾ ਉਸ ਤੋਂ ਬਾਅਦ 1983 ਦੇ ਵਿੱਚ ਜਦੋਂ ਸਿਕਸ ਸਟੂਡੈਂਟ ਫੈਡਰੇਸ਼ਨ ਦੇ ਵੱਲੋਂ ਕੈਂਪ ਲਗਾਏ ਜਾਣ ਲੱਗੇ ਕਿ ਸਿੱਖ ਨੌਜਵਾਨਾਂ ਦੇ ਚ ਯੂਥ ਲੀਡਰਸ਼ਿਪ ਤੇ ਗੁਰਮਤਿ ਸਿਖਲਾਈ ਕੰਮ ਜਿਹੜੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਹੋਣਾਂ ਦੀ ਅਗਵਾਈ ਦੇ ਵਿੱਚ ਤੇ ਉਹਨਾਂ ਕੈਂਪਾਂ ਦੇ ਵਿੱਚ ਬਹੁਤ ਹੀ ਸੂਝਵਾਨ ਬਲਾਰੇ ਜਿਹੜੇ ਸੀ ਉਹ ਧਰਮ ਦੀ ਧਰਮ ਦੀ ਵਿਚਾਰਧਾਰਾ ਦੀ ਸਿੱਖ ਰਹਿਤ ਮਰਿਆਦਾ ਦੀ ਤੇ ਗੁਰਮਤਿ ਜੀਵਨ ਜੀਚਤੀ ਸਿੱਖਿਆ ਦਿੰਦੇ ਸਨ ਸੋ ਸਰਦਾਰ ਗੁਰਦੇਵ ਸਿੰਘ ਦੇਪੂ ਨੇ ਵੀ ਉਹ ਗੁਰਮਤਿ ਟ੍ਰੇਨਿੰਗ ਕੈਂਪ ਜਿਹੜਾ ਸੀ ਉਹ اٹੈਂਡ ਕੀਤਾ ਉਸ ਕੈਂਪ ਦੇ ਵਿੱਚ ਹਾਜ਼ਰੀ ਲਾਉਣ ਤੋਂ ਬਾਅਦ ਉਹਨਾਂ ਦਾ ਖਾਲਸਾਪਨ ਦੀ ਜਦੋਂ ਚਾਹਤ ਦੇ ਵਿੱਚ ਸਫ਼ਰ ਕਿਵੇਂ ਸ਼ੁਰੂਆਤ ਹੋਇਆ ਭੈਣ ਜੀ ਕੈਂਪ ਜਦੋਂ ਉਹਨਾਂ ਨੇ ਆਰੰਭ ਕੀਤਾ ਕੈਂਪ ਤੋਂ ਬਾਅਦ ਜੀਵਨ ਦੇ ਵਿੱਚ ਆਈ ਤਬਦੀਲੀ ਕੈਪ ਤੋਂ ਬਾਅਦ ਵੀਰ ਜੀ ਜਦੋਂ ਘਰ ਆਏ ਤੇ ਆ ਕੇ ਕਹਿਣ ਲੱਗੇ ਵੀ ਮਾਤਾ ਮੈਂ ਇੱਕ ਪ੍ਰੋਗਰਾਮ ਕਰਾਉਣ ਲੱਗਾ ਕਰਤਾਰਪੁਰ ਦੇ ਵਿੱਚ ਵੀ ਤੁਸੀਂ ਵੀ ਪਹੁੰਚਿਓ ਜਿੱਦਾਂ ਪਿੰਡੂ ਆਪਣੇ ਹੁੰਦੇ ਪਿਤਾ ਜੀ ਮੇਰੇ ਕਹਿਣ ਲੱਗੇ ਵੀ ਤੂੰ ਕਿਹੜਾ ਕੈਂਪ ਲਵਾ ਕਿਹੜਾ ਪ੍ਰੋਗਰਾਮ ਕਰਾਉਣਾ ਹੈ ਜਿਹੜਾ ਕੋਈ ਨੁਕਾ ਹੋਊਗਾ ਵੀ ਪੁੱਤ ਮੈਨੂੰ ਤਾਂ ਕੋਈ ਮੈਦਨ ਹੀ ਤੇਰਤੇ ਕੋਈ ਇਹੋ ਜਿਹਾ ਪ੍ਰੋਗਰਾਮ ਕਰਾਵੇਂਗਾ ਮਾਤਾ ਕਹਿਣ ਲੱਗੀ ਕੋਈ ਨਹੀਂ ਪੁੱਤ ਤੂੰ ਤਖੜਾ ਹੋ ਕੇ ਕਰਾ ਅਸੀਂ ਤੇਰੇ ਨਾਲ ਆਂ ਉਹਦੇ ਵਿੱਚ ਪਾ ਆਰਾਮਗੜਾ ਵਾਲੇ ਸੁਖਜਿੰਦਰ ਸਿੰਘ ਹੋਣੀ ਸਰਦਾਰ ਸੁਖਜਿੰਦਰ ਸਿੰਘ ਹੋਣਾ ਨੇ ਉਹਨਾਂ ਨੇ ਸਨਮਾਨਤ ਕੀਤਾ ਕਰਤਾਰਪੁਰ ਦੇ ਵਿੱਚ ਤੇ ਜਿਸ ਉਸ ਦਿਨ ਤੋਂ ਬਾਅਦ ਉਹ ਆਉਣਾ ਉਹਨਾਂ ਨੇ ਘਰ 2-4 ਦਿਨ ਲਈ ਤੇ ਫਿਰ ਵਾਪਸ ਚਲ ਜਾਣਾ ਮਗਰ ਸਿੰਘ ਆਉਣ ਲੱਪੇ ਸੰਤਾਂ ਦੇ ਕੋਲੋਂ ਵੀ ਕੋਈ ਸਮਾਨ ਆਇਆ ਹੋਇਆ ਵੀਰ ਸਾਡੇ ਕੋਲ ਹਲੇ ਪਹੁੰਚਿਆ ਨਹੀਂ ਕਿੱਦਾਂ ਠੀਕ ਠਾਕ ਆ ਮਾਤਾ ਕਹਿਣ ਲੱਗੀ ਵੀ ਅੱਜ 5 ਦਿਨ ਹੋ ਗਏ ਘਰ ਨਹੀਂ ਆਇਆ ਵੀ ਘਰ ਆਇਆ ਤਾਂ ਤੁਹਾਨੂੰ ਜਰੂਰ ਅਸੀਂ ਉਹਨਾਂ ਨੂੰ ਸੁਣਾ ਦੇਵਾਂਗੇ ਵੀ ਤੁਹਾਨੂੰ ਮਿਲੂਗਾ ਆ ਕੇ ਉਸ ਤੋਂ ਬਾਅਦ ਉਹ ਜਦੋਂ ਸਨਮਾਨਤ ਕੀਤਾ ਉੱਥੇ ਉਹਨਾਂ ਨੇ ਤਾਂ ਬਹੁਤ ਘੱਟ ਹੋਇਆ ਮੇਰੇ ਨਾਲਕੇ ਟਲਮੀਆ ਉੱਥੋਂ ਗੱਡੀਆਂ ਗਈਆਂ ਉਹਨਾਂ ਨੇ ਗੱਡੀਆਂ ਚਲਦੀਆਂ ਸੀ ਗੱਡੀਆਂ ਗਈਆਂ ਤੇ ਸਾਡੇ ਡੈਡੀ ਨਹੀਂ ਗਏ ਕਹਿਣ ਲੱਗੇ ਨਹੀਂ ਮੈਂ ਨਹੀਂ ਜਾਣਾ ਤਾਂ ਮਾਤਾ ਮੈਨੂੰ ਕਹਿਣ ਲੱਗੀ ਪੁੱਤ ਤੁਸੀਂ ਘਰ ਦਾ ਕੰਮ ਸੰਭਿਓ ਤੇ ਮੈਂ ਜਾਂਦੀ ਆ ਉਹ ਗਿਆ ਤੇ ਜਦੋਂ ਉੱਥੇ ਜਾ ਕੇ ਸਾਰੇ ਭਾਜੀ ਦਾ ਨਾਮ ਬੋਲਣ ਬਗਰਦੀਪ ਸਿੰਘ ਧੀਰਪੁਰ ਦਾ ਇੱਦਾਂ ਇੱਦਾਂ ਤੇ ਮਾਤਾ ਕਰਨ ਲੱਗੀ ਸਾਡੇ ਪਿਰਾਇ ਨੂੰ ਆ ਕੇ ਵੀ ਤੁਸੀਂ ਬਹੁਤ ਵੱਡੀ ਗਲਤੀ ਕੀਤੀ ਆ ਵੀ ਆਪਣੇ ਪੁੱਤ ਦਾ ਉਹ ਤੇ ਉੱਥੇ ਇਦਾਂ ਨਾ ਸੀਗਾ ਐਡੇ ਐਡੇ ਲੀਡਰ ਆਏ ਤੁਸੀਂ ਗਲਤੀ ਕੀਤੀ ਕਹਿਣ ਲੱਗੇ ਚਲੋ ਕੋਈ ਨਹੀਂ ਇੱਕ ਜੀ ਨੇ ਜਾਣਾ ਸੀ ਤੁਸੀਂ ਜਾਇਆ ਉਸ ਤੋਂ ਬਾਅਦ ਉਹ ਉੱਥੇ 30 ਦਿਨ ਸਾਡੇ ਘਰ ਮੋਟਰਸਾਈਕਲ ਪੰਜ ਆਏ ਮੋਟਰ ਪੁਲਿਸ ਦੇ ਤੇ ਮੈਂ ਬਿਲਕੁਲ ਜੀ ਇਹ ਸੀ ਉਹਨਾਂ ਦੇ ਜਦੋ ਹਦਹ ਵਾਲੇ ਸੰਘਰਸ਼ਮਈ ਜੀਵਨ ਦੀ ਸ਼ੁਰੂਆਤ ਕਹਿ ਸਕਦੇ ਆ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਗੁਰਮਤ ਟ੍ਰੇਨਿੰਗ ਕੈਂਪ ਜਿਹੜਾ ਸੀ ਉਹ ਅਟੈਂਡ ਕੀਤਾ ਕੈਂਪ ਅੱਜ ਵੀ ਲੱਗ ਰਹੇ ਨੇ ਕੈਂਪ ਅਗਾਂਹ ਵੀ ਲੱਗਣਗੇ ਪਰ ਉਸ ਮਰਦੇ ਮਜਾਦ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਾ ਦੀ ਔਰ ਕੌਮ ਦੇ ਇਮਾਨਦਾਰ ਫੈਡਰੇਸ਼ਨ ਦੇ ਲੀਡਰ ਭਾਈ ਅਮਰੀਕ ਸਿੰਘ ਦੀ ਅਗਵਾਈ ਦੇ ਵਿੱਚ ਜਿਹੜੇ ਕੈਂਪ ਲੱਗੇ ਉਹਨਾਂ ਲੱਗੇ ਹੋਏ ਕੈਂਪਾਂ ਨੇ ਨੌਜਵਾਨੀ ਨੂੰ ਖੁਦ ਕੈਂਪ ਲਾਉਣ ਔਰ ਕੌਮ ਦੀ ਭੁਿੱਖ ਦੀ ਲੀਡਰਸ਼ਿਪ ਪੈਦਾ ਕਰਨ ਦੇ ਵਿੱਚ ਮਜਬੂਰ ਕਰ ਦਿੱਤਾ ਭਾਈ ਗੁਰਦੇਵ ਸਿੰਘ ਨੇ ਕੈਂਪ ਅਟੈਂਡ ਕੀਤਾ ਕੈਂਪ ਅਟੈਂਡ ਕਰਨ ਤੋਂ ਬਾਅਦ ਉਹਨਾਂ ਨੇ ਖੁਦ ਇੱਕ ਕਾਨਫਰੰਸ ਜਿਹੜੀ ਸੀ ਉਹਦਾ ਆਗਾਜ਼ ਕੀਤਾ ਉਸ ਕਾਨਫਰੰਸ ਦੇ ਵਿੱਚ ਕੌਮ ਦੇ ਭੁੱਖ ਦੇ ਬਾਰੇ ਵੱਖ-ਵੱਖ ਬੁਲਾਰਿਆਂ ਨੇ ਵਿਚਾਰ ਸਾਂਝੇ ਕੀਤੇ ਪਰਿਵਾਰ ਦੇ ਵਿੱਚੋਂ ਉਹਨਾਂ ਦੇ ਮਾਤਾ ਜੀ ਨੂੰ ਜਾਣ ਦਾ ਮੌਕਾ ਮਿਲਿਆ ਤੇ ਉਹ ਮਾਤਾ ਜਿਸ ਨੇ ਆਪਣੇ ਪੁੱਤ ਨੂੰ ਕੇਵਲ ਤੇ ਘਰ ਵਿੱਚ ਕਿਰਤ ਕਰਦੇ ਵੇਖਿਆ ਸੀ ਅੱਜ ਕੌਮੀ ਲੀਡਰਸ਼ਿਪ ਦੇ ਵਿੱਚ ਉਸਦਾ ਨਾਮ ਬੋਲਦਾ ਵੇਖ ਕੇ ਖੁਸ਼ ਹੋ ਕੇ ਪਿਤਾ ਜੀ ਦੇ ਨਾਲ ਵਿਚਾਰ ਸਾਂਝੇ ਕੀਤੇ ਸੋ ਇਹ ਉਹਨਾਂ ਦੇ ਜਦੋ ਜਹਿਦ ਪਰੇ ਜੀਵਨ ਦੀ ਸ਼ੁਰੂਆਤ ਸੀ ਕਿ ਕਿਸ ਤਰ੍ਹਾਂ ਦੇ ਨਾਲ ਸੰਤ ਜਰਨੈਲ ਸਿੰਘ ਦੀ ਇੱਕ ਉਹ ਸ਼ਰਦਾ ਭਰੀ ਤੱਕਣੀ ਤੇ ਮੋਹ ਨੇ ਉਹਨਾਂ ਨੂੰ ਕੌਮੀ ਸੰਘਰਸ਼ ਦੇ ਵਿੱਚ ਕੁਦੜਨ ਦੇ ਵਾਸਤੇ ਮਜਬੂਰ ਕਰ ਦਿੱਤਾ ਕੈਂਪ ਤੋਂ ਬਾਅਦ ਹਾਂਜੀ ਸਾਡੇ ਵੀ ਮੈਂ ਕੱਪੜੇ ਉਸਕਣੇ ਪਾ ਰਹੀ ਸੀਗੀ ਤੇ ਪੁਲਿਸ ਸਾਈਜ਼ ਤੇ ਮੈਂ ਕਿਹਾ ਵੀਰ ਜੀ ਦੂਸਰੀ ਮੋਟਰ ਤੇ ਖੜੇ ਸੀ ਤੇ ਮੈਂ ਕਿਹਾ ਭਾਜੀ ਪੁਲਿਸ ਆ ਰਹੀ ਆ ਤੇ ਵੀ ਤੁਸੀਂ ਪਰਾਂ ਨੂੰ ਚੱਲ ਜਾਓ ਪੁਲਿਸ ਆਪਣੇ ਖੂਨ ਨੂੰ ਮੁੜਾਈ ਸੀ ਖੇਤਾਂ ਦੇ ਵਿੱਚ ਰਹਿੰਦੇ ਸੀਗੇ ਤੇ ਉਹ ਖੜੇ ਰਹੇ ਉੱਥੇ ਮੈਂ ਸਭ ਹੱਸਣ ਲੱਪੇ ਮੇਰਾ ਛੋਟਾ ਵੀਰ ਇੱਥੇ ਆ ਜਿਹੜਾ ਉਹ ਵੀ ਅਹੀਂ ਕਾ ਨਿਸ਼ਾਨ ਸਾਹਿਬਾਂ ਕੋ ਗੱਡੇ ਗਏ ਆ ਤੁਸੀਂ ਪਰਾਂ ਉਰਾਂ ਹੋ ਜਾਓ ਪੁਲਿਸ ਆਪਣੇ ਖੂਨ ਨੂੰ ਆ ਗਈ ਆ ਤੇ ਉਹ ਪਰਾਂ ਨੂੰ ਆੱਡੇ ਪੈ ਕੇ ਦੂਸਰੀ ਮੋਟਰ ਨੂੰ ਸਾਡੀ ਤੁਰ ਪਏ ਤਜਾਦੋ ਆਗੇ ਘਰ ਦੇ ਵਿੱਚ ਤਾਂ ਆ ਕੇ ਸਾਨੂੰ ਕਹਿਣ ਲੱਗੇ ਕਿੱਥੇ ਆ ਤੁਹਾਡਾ ਮੁੰਡਾ ਬੀਬੀ ਮੇਰੇ ਕਹਿਣ ਲੱਗੀ ਵੀ ਇੱਥੇ ਹੀ ਆ ਉਹ ਦੂਸਰੀ ਮੋਟਰ ਤੇ ਗਿਆ ਆ ਵੀ ਅਸੀਂ ਨੂੰ ਸਾਧ ਦਿੰਦੇ ਆ ਕਹਿੰਦੇ ਨਹੀਂ ਆ ਸਾਡੀ ਡਿਊਟੀ ਸੀ ਅਸੀਂ ਇੰਨੇ ਹੀ ਕਰਨੇ ਸੀਗੇ ਤੁਸੀਂ ਉਹਨੂੰ ਕਹਿ ਦਿਓ ਸਾਨੂੰ ਉੱਥੇ ਸ਼ਹਿਰ ਮਿਲ ਲਵੇ ਆ ਕੇ ਅਸੀਂ ਤੀਸਰੇ ਦਿਨ ਕਰਤਾਰਪੁਰ ਉੱਤੇ ਮਾਤਾ ਨਾਲ ਆਪਣੀ ਦੇ ਨਾਲ ਗਈ ਆ ਤੇ ਉੱਥੇ ਇੱਕ ਵੀਰ ਜੀ ਤੇ ਉਹ ਪੁਲਿਸਾਰੇ ਇਕੱਠੇ ਠੰਡੇ ਪੀਂਦੇ ਹੋਏ ਤੇ ਮਾਤਾ ਇਹ ਕਹਿੰਦੀ ਵੀ ਤੁਸੀਂ ਸਾਡੇ ਘਰ ਆਉਂਦੇ ਆ ਵੀ ਭਾਤੋ ਮੇ ਇੱਥੇ ਤੁਸੀਂ ਇਕੱਠੇ ਹੁੰਦੇ ਇੱਥੇ ਫੜ ਲਓ ਇਹਨੂੰ ਇੱਥੇ ਕਹਿ ਲਓ ਜੋ ਕਹਿਣਾ ਆ ਤਾਂ ਤੁਸੀਂ ਘਰ ਨਾਲ ਸਾਡੇ ਆਇਆ ਕਰੋ ਕਹਿਣ ਲੱਗੇ ਮਾਤਾ ਸਾਨੂੰ ਜਿੱਦਾਂ ਉਤੋਂ ਆਰਡਰ ਆਉਂਦਾ ਅਸੀਂ ਉਦਾਂ ਹੀ ਆਉਂਦੇ ਆ ਵੀ ਤੁਹਾਨੂੰ ਖਾਬਰ ਨਹੀਂ ਕੋਈ ਲੋੜ ਨਹੀਂ ਗਈ ਉਸ ਤੋਂ ਬਾਅਦ ਜਿਉਂ ਮੁੜ ਕੇ 84 ਦਾ ਚੱਲੇ ਆ 83 'ਚ ਸਾਡੇ ਆਉਂਦੇ ਰਹੇ ਆ ਘਰ ਵੀ ਆ ਜਾਣਾ ਹਫ਼ਤੇ ਦੋ ਹਫ਼ਤੇ ਬਾਅਦ ਸਾਡੇ ਘੇੜਾ ਆ ਜਾਣਾ 84 ਤੋਂ ਬਾਅਦ ਵੀਰ ਜੀ ਨੇ ਸਾਡੇ ਘਰ ਮੁੜ ਕੇ ਮੁੜੇ ਇੰਦਾ ਸਾਨੂੰ ਵੀ ਮਨਵੀਰ ਤੋਂ ਵੀਰ ਜੀ ਚੀੜੂ ਵਾਲੇ ਸੀਗੇ ਫਾਈ ਤਾਂ ਨਾਸੂ ਹੋਣੀ ਸੀਗੇ ਇਹ ਆਉਂਦੇ ਰਹਿ ਆ ਕਹਿਣ ਲੱਗੇ ਵੀ ਜਦੋਂ ਵੀ ਤੁਸੀਂ ਕਹੋਗੇ ਤੁਹਾਨੂੰ ਮਿਲਾ ਦੋਗੇ ਵੀ ਭਾਜੀ ਕਿਸੇ ਕੰਮ ਲਈ ਥੋੜਾ ਚਿਰ ਬਾਹਰ ਗਏ ਹੋਇਆ ਇਹ 83 ਤੇ 84 ਦਾ ਉਹ ਸਮਾਂ ਸੀ ਜਿਸ ਸਮੇਂ ਤੇ ਵਿੱਚ ਸਿੱਖ ਕੌਮ ਦੇ ਬਹੁਤ ਹੀ ਨੀਤੀਵਾਨ ਯੋਧਿਆਂ ਨੇ ਸੰਘਰਸ਼ ਆਰੰਭਿਆ ਜਿਨ੍ਹਾਂ ਨੂੰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਂ ਦੇ ਚੰਦਰ ਸ਼ਬੀਕ ਸਿੰਘ ਭਾਈ ਅਮਰੀਕ ਸਿੰਘ ਤੇ ਹੋਰ ਕਈ ਮਹਾਨ ਗੁਰਸਿੱਖਾਂ ਦਾ ਜਿਹੜਾ ਸਾਥ ਸੀ ਉਹ ਮਿਲਿਆ ਇਹ ਇਸ ਨੀਤੀਵਾਨ ਸੰਘਰਸ਼ ਦਾ ਹੀ ਅਸਰ ਸੀ ਕਿ ਉਸ ਸਮੇਂ ਤੱਕ ਪੰਜਾਬ ਦੀ ਪੁਲਿਸ ਜਿਹੜੀ ਸੀ ਉਹ ਸਾਡੇ ਉਹਨਾਂ ਵੀਰਾਂ ਨੂੰ ਹੱਥ ਪਾਉਣ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਸੀ ਕੱਲ ਦੀ ਬਲਕਿ ਉਹਨਾਂ ਦੇ ਨਾਲ ਅਕਸਰ ਬੈਠ ਜਾਇ ਕਰਦੀ ਸੀ ਕਿਉਂਕਿ ਉਦੋਂ ਸੰਘਰਸ਼ ਜਿਹੜਾ ਸੀ ਇੱਕ ਖਾਸ ਨਿਯਮ ਤੇ ਇੱਕ ਖਾਸ ਕਾਇਦੇ ਦੇ ਵਿੱਚ ਚੱਲ ਰਿਹਾ ਸੀ ਉਸ ਤੋਂ ਬਾਅਦ ਜੂਨ 84 ਤੋਂ ਬਾਅਦ ਜਿਹੜਾ ਉਹਨਾਂ ਦਾ ਬਿਲਕੁਲ ਰੂਪੋਸ਼ੀ ਵਾਲਾ ਜੀਵਨ ਆਰੰਭ ਹੋਇਆ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਭਾਈ ਮਨਵੀਰ ਸਿੰਘ ਚਿਹੜੂ ਤੇ ਭਾਈ ਧੰਨਾ ਸਿੰਘ ਵਰਗੇ ਵੀਰਾਂ ਦਾ ਜਿਹੜਾ ਸਾਥ ਸੀ ਜਾਂ ਮਾਨਨਤਾ ਜਿਹੜਾ ਸੀ ਉਹ ਮੌਕਾ ਮਿਲਿਆ 1983 ਤੋਂ 84 ਦੇ ਸਮੇਂ ਦੇ ਦੌਰਾਨ ਅਕਸਰ ਘਰ ਦੇ ਨਾਲ ਉਹਨਾਂ ਦਾ ਰਾਫਤਾਰ ਆ ਉਸ ਤੋਂ ਬਾਅਦ ਭੈਣ ਜੀ ਦੇ ਦੱਸਣ ਮੁਤਾਬਕ ਉਹਨਾਂ ਨੇ ਬਿਲਕੁਲ ਜਿਦੋਂ ਘਰ ਜਿਹੜਾ ਸੀ ਉਹ ਛੱਡ ਦਿੱਤਾ ਫਿਰ ਉਹਨਾਂ ਦੇ ਉਹ ਵੀਰ ਸੱਜਣ ਜਿਹੜੇ ਉਹਨਾਂ ਦੇ ਨਾਲ ਸੰਘਰਸ਼ ਦੇ ਵਿੱਚ ਭਾਈਵਾਲ ਸੀ ਉਹ ਤਾਂ ਉਹਨਾਂ ਦਾ ਸੁਖ ਸੁਨੇਹਾ ਲੈ ਕੇ ਆਉਂਦੇ ਰਹੇ ਪਰ ਭਾਈ ਗੁਰਦੇਵ ਸਿੰਘ ਨੇ ਦੁਬਾਰਾ ਘਰ ਵੱਲ ਨਾ ਟੱਕਿਆ ਉਸ ਤੋਂ ਬਾਅਦ ਕੋਈ ਮੁਲਾਕਾਤ ਉਸ ਜੀਵਨ ਦੇ ਦੌਰਾਨ ਤਾਂ ਨਹੀਂ ਜੀ ਸਾਨੂੰ ਵੀ ਉਹ ਵੀਰ ਜੀ ਹੁਣੇ ਆਉਂਦੇ ਰਹੇ ਮਨਵੀਰ ਸਹੋਣੀ ਉਹ ਦੱਸਦੇ ਰਹੇ ਆ ਵੀ ਭੈਣ ਬੀਬੀ ਤੁਹਾਨੂੰ ਮਿਲਾ ਦਾਂਗੇ ਜਦੋਂ ਤੁਸੀਂ ਕਹੋਗੇ ਤੁਹਾਨੂੰ ਮਿਲਾ ਦਾਂਗੇ ਫਿਰ ਸਾਨੂੰ ਪਤਾ ਲੱਗਾ ਵੀ ਹਜੂਰ ਸਾਹਿਬ ਵੱਲ ਗਏ ਹੋਏ ਆ ਕੋਈ ਉੱਥੋਂ ਸਿੰਘ ਆਇਆ ਉਹਦੇ ਕੋਲ ਸਾਨੂੰ ਘੜੇ ਭੇਜੇ ਤੇ ਉਹਨਾਂ ਦੱਸਿਆ ਕਿ ਵੀ ਸਾਨੂੰ ਸਿੰਘ ਮਿਲਿਆ ਆ ਠੀਕ ਠਾਕ ਆ ਚੜ੍ਹਦੀ ਕਲਾ ਦੇ ਵਿੱਚ ਆ ਜੇ ਜੋ ਸਾਡੇ ਫਿਰ ਉਸ ਤੋਂ ਬਾਅਦ ਸਾਡੀ ਮਾਤਾ ਨੂੰ ਤੇ ਮੇਰੇ ਪਿਤਾ ਜੀ ਨੂੰ ਉਹਨਾਂ ਨੂੰ ਕੋਈ ਤਾਂ ਨਹੀਂ ਹੁੰਦਾ ਸੀ ਜਿੱਦਾਂ ਸਾਨੂੰ ਘਰ ਵੀ ਨਸੀਬ ਹੁੰਦਾ ਸੀ ਵੀ ਘਰ ਅਸੀਂ ਬੈਹਿ ਜਮਾਂਗੇ ਤੇ ਉਹਨਾਂ ਨੂੰ ਮੇਰੀ ਪਰਜਾਈ ਨੂੰ ਮੇਰਾ ਭਤੀਜਾ ਸੀਗਾ 4 ਸਾਲ ਦਾ ਉਹ ਉਹਦੇ ਤਾਈ ਵੀ ਪਰ ਮੈਨੂੰ ਦੀ ਉਹਨਾਂ ਨੇ ਸੀ ਖੜਿਆ ਮੈਨੂੰ ਤੰਗੀ ਦਿੰਦੇ ਰਹਿਆ ਘਰ ਆਉਣਾ ਜੇ ਸਾਡੇ ਕਣਕ ਦੇ ਤੇ ਖਾਦ ਦੇ ਬੂਰੇ ਪਏ ਆ ਉਹਨੂੰ ਸੁੰਬੇ ਮਾਰ ਮਾਰ ਕੇ ਤੋਂ ਇਕੱਠੇ ਰਹਾ ਦੇਣੇ ਆ ਤੇ ਪਸ਼ੂ ਸਾਡੇ ਖੋਲ ਜਾਣੇ ਆ ਇੰਨਾ ਸੀਗਾ ਵੀ ਮੈਨੂੰ ਦੇ ਵਿੱਚ ਉਹਨਾਂ ਨੇ ਮੈਨੂੰ ਕਦੀ ਇਹ ਨਹੀਂ ਸੀ ਕਿਆ ਬਾਅਦ ਦੇ ਵਿੱਚ ਜਦੋਂ ਭਾਜੀ ਸ਼ਹੀਦ ਹੋ ਗਏ ਬਾਅਦ ਦੇ ਵਿੱਚ ਮੈਨੂੰ ਬਹੁਤ ਤੰਗ ਕੀਤਾ ਉਹਨਾਂ ਨੇ ਫਿਰ ਸਟਾਫ ਦੇ ਵਿੱਚ ਖੜਦੇ ਰਹਿਆ ਤੇ ਸਾਡੇ ਮਨਵੀਰ ਸਿੰਘ ਦੇ ਡੈਡੀ ਜਿਹੜੇ ਸੀ ਉਹਨਾਂ ਨੇ ਸਾਡੀ ਪਿਆਰ ਵਾਈਪ ਉਹ ਕੀਤੀ ਉਹਨਾਂ ਨੇ ਆਉਣਾ ਕਹਿਣਾ ਪੁੱਤ ਖਬਰੋ ਨਾ ਤੁਸੀਂ ਅਸੀਂ ਤੁਹਾਡੇ ਨਾਲ ਆ ਪਾਜੀ ਮਨਵੀਰ ਸਿੰਘ ਉਹ ਵੀ ਕਈ ਯਾਰ ਚੱਕਰ ਮਾਰਨੇ ਉਹਨਾਂ ਵੀ ਕਹਿਣਾ ਅਸੀਂ ਤੁਹਾਡੇ ਨਾਲ ਆ ਪੁੱਤ ਤੁਸੀਂ ਖਬਰੋ ਨਾ ਤੇ ਮਾਤਾ ਸਾਡੇ ਵੀ ਜਿਹੜੀ ਉਹ ਮਨਵੀਰ ਸਿੰਘ ਦੀ ਸੀ ਉਹ ਅੱਜ ਵੀ ਸੁਣਦੇ ਹੋਣਗੇ ਉਹਨਾਂ ਨੇ ਜਿੰਨਾ ਸਾਡਾ ਸਾਥ ਦਿੱਤਾ ਕੋਈ ਬੀਬੀ ਦੇ ਨਹੀਂ ਸਕਦੀ ਸੋ ਭਾਈ ਬਨਵੀਰ ਸਿੰਘ ਚਿਹੜੂ ਉਹਨਾਂ ਦੇ ਪਰਿਵਾਰ ਦੇ ਵੱਲੋਂ ਇਸ ਪਰਿਵਾਰ ਨੂੰ ਬਹੁਤ ਹੌਸਲਾ ਔਰ ਬਹੁਤ ਸਾਥ ਦਿੱਤਾ ਗਿਆ ਭਾਈ ਗੁਰਦੇਵ ਸਿੰਘ ਸੀ ਜਿਹਨਾਂ ਨੇ 84 ਤੋਂ ਬਾਅਦ ਬਿਲਕੁਲ ਰੋਪਕੋਸ਼ੀ ਦਾ ਜੀਵਨ ਬਤੀਤ ਕੀਤਾ ਘਰ ਦੇ ਵਿੱਚ ਕੇਵਲ ਸੁਨੇਹੇ ਜਾਂ ਉਹਨਾਂ ਦੀ ਯਾਦ ਦੇ ਵਿੱਚੋਂ ਉਹਨਾਂ ਵੱਲੋਂ ਪੰਥਕ ਨਿਸ਼ਾਨੀਆਂ ਜਿਹੜੀਆਂ ਚਾਹੇ ਗੁਰੂ ਪਾਤਸ਼ਾਹ ਦੇ ਕਕਾਰ ਕਢੇ ਹੋਣ ਪਰਿਵਾਰ ਨੂੰ ਭੇਜਦੇ ਰਹੇ ਰੂਪੋਸ਼ੀ ਦਾ ਜੀਵਨ ਜਿਹੜਾ ਸੀ ਉਹਨਾਂ ਨੇ ਉਹ ਬਤੀਤ ਕੀਤਾ ਉਸ ਤੋਂ ਬਾਅਦ ਪਰਿਵਾਰ ਦੇ ਉੱਪਰ ਜਿਹੜਾ ਤਸ਼ੱਦਦ ਸੀ ਉਸ ਦਾ ਚੱਕਰ ਸ਼ੁਰੂ ਹੋ ਗਿਆ ਉਸ ਤਸ਼ੱਦਦ ਦੇ ਦੌਰਾਨ ਸਾਰੇ ਪਰਿਵਾਰ ਨੂੰ ਜਿਹੜਾ ਸੀ ਸਰਕਾਰੀ ਜ਼ਬਰਦਸਤ ਜਿਹੜਾ ਸਾਹਮਣਾ ਕਰਨਾ ਪਿਆ ਭਾਂਜੀ ਉਹਨਾਂ ਦੀ ਗੁਫਤਾਰੀ ਕਿਹੜੇ ਸਮੇਂ ਹੋਈ ਘਰ ਦੇ ਵਿੱਚ ਕਿਹੜੀ ਖਬਰ ਪਹੁੰਚੀ ਕਿਸ ਤਰ੍ਹਾਂ ਪਤਾ ਲੱਗਾ ਕਿ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਉਹਨਾਂ ਸਾਨੂੰ 2 ਜੁਲਾਈ ਨੂੰ ਪਤਾ ਲੱਗਾ ਵੀਰਜੀ ਰਾਤ ਨੂੰ 2 ਜੁਲਾਈ ਰਾਤ ਨੂੰ ਸਾਡੇ ਸ਼ਾਮਾ ਨੂੰ ਘਰ ਆਏ ਆ ਤੇ ਅਸੀਂ ਪ੍ਰਸ਼ਾਦਾ ਛਕਣ ਲੱਗੇ ਆ ਤੇ ਇਹ ਕਹਿਣ ਲੱਗੇ ਵੀ ਇੰਸਪੈਕਟਰ ਆ ਗਾੜੀ ਆਇਆ ਕਹਿਣ ਲੱਗਾ ਵੀ ਕਾਬਰੇ ਹੋ ਨਾ ਤੁਸੀਂ ਤੇ ਮੈਂ ਆਪਣੇ ਮੇਰੇ ਪਾਪਾ ਵੀ ਪ੍ਰਸ਼ਾਦਾ ਛਕਦੇ ਸੀ ਮੇਰੇ ਪਾਪਾ ਵੀ ਪੁਲਿਸ ਆ ਗਈ ਕਹਿਣ ਲੱਗੇ ਨਹੀਂ ਕਾਬਰੇ ਹੋ ਨਾ ਨਾ ਨੱਠੇ ਅਸਕੇ ਕੀ ਗੱਲ ਹੋਈ ਕਹਿਣ ਲੱਗੇ ਸਾਡਾ ਅੱਜ ਆਉਣਾ ਤੁਹਾਡੇ ਘਰ ਮੁੱਕ ਗਿਆ ਵੀ ਅੱਜ ਉਹਦਾ ਮੁਕਾਬਲਾ ਬਣ ਗਿਆ ਆ ਤੇ ਉਹ ਛੀਦ ਹੋ ਗਿਆ ਮਾਰਿਆ ਗਿਆ ਉਹਨਾਂ ਸੀਨੇ ਕਿ ਉਹਨਾਂ ਨੇ ਕਿਹਾ ਮਾਰਿਆ ਗਿਆ ਆ ਤੇ ਉਸ ਤੋਂ ਬਾਅਦ ਮੇਰੀ ਮਾਤਾ ਨੇ ਕਿਹਾ ਵੀ ਤੁਸੀਂ ਕਾ ਬਰਨਾ ਨਹੀਂ ਨਾ ਕਿਸੇ ਨੇ ਰੋਣਾ ਆ ਨਾ ਕਿਸੇ ਨੇ ਰੋੜੀ ਪਾਣੀ ਕੋਈ ਕੋਈ ਚੀਜ ਚੈੱਕ ਕਰਨੇ ਪਣਾ ਘਰ ਦੇ ਵਿੱਚ ਵਾਗ ਰੂ ਸਤਨਾਮ ਕਰੋ ਨਾਮ ਜਪੋ ਬੈਠੋ ਮੈਂ ਪਿੰਡ ਨੂੰ ਜਾਂਦੀ ਆ ਸਾਡੀ ਮਾਤਾ ਪਿੰਡ ਨੂੰ ਗਈ ਸਾਡੇ ਨੌਕਰ ਨੂੰ ਲੈ ਕੇ ਪੰਜ ਜੀ ਇਹ ਤਾਂ ਖਬਰ ਸੀ ਉਹਨਾਂ ਦੀ ਸ਼ਹਾਦਤ ਦੀ ਜਿਹੜੀ ਤੁਹਾਨੂੰ ਮਿਲੀ ਉਸ ਤੋਂ ਪਹਿਲਾਂ ਕੋਈ ਗ੍ਰਿਫਤਾਰੀ ਦੀ ਕੋਈ ਖਬਰ ਜਾਂ ਉਹਨਾਂ ਦੇ ਜਥੇਬੰਦਕ ਜਿਹੜੇ ਸਾਥੀ ਸੀ ਉਹਨਾਂ ਦੇ ਵੱਲੋਂ ਕਿਤੇ ਬ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਾਂ ਫੜ ਲਿਆ ਗਿਆ ਇਸ ਤੋਂ ਪਹਿਲਾਂ ਕੋਈ ਖਬਰ ਨਹੀਂ ਤੁਹਾਡੇ ਤੱਕ ਪਹੁੰਚੀ ਕੋਈ ਸਾਨੂੰ ਮਿਲੀ ਕੋਈ ਵੀ ਖਬਰ ਨਹੀਂ ਮਿਲੀ ਸਾਨੂੰ ਇਦਾਂ ਬਾਅਦ ਜਿੱਦਣ ਸ਼ਹੀਦ ਹੋਇਆ ਉਸ ਦਿਨ ਸਾਨੂੰ ਪਤਾ ਲੱਗਾ ਕਿਸੇ ਵੀ ਕੋਈ ਜ਼ਿੰਮੇਵਾਰ ਸੀਗਾ ਕੋਈ ਪਾਣੀ ਮੋੜਿਆ ਸੀਗਾ ਉਹਨਾਂ ਆ ਕੇ ਦੱਸਿਆ ਵੀ ਉਹ ਇਹ ਉਹ ਗੁਰਦੇਸ ਸਿੰਘ ਦੇਪੂ ਜਿਹੜਾ ਜੱਲੋਵਾਲ ਬੰਗਲੇ ਦੇ ਵਿੱਚ ਸ਼ਹੀਦ ਕੀਤਾ ਗਿਆ ਤੇ ਉੱਥੇ ਉਹਨਾਂ ਨੇ ਪੁਲਿਸ ਵਾਲਿਆਂ ਨੇ ਜਿਹੜਾ ਤਸ਼ੱਦਦ ਕੀਤਾ ਉਹ ਸਤਨਾਮ ਵਾਹਿਗੁਰੂ ਦੀ ਆਵਾਜ਼ ਬਾਰ ਆਉਂਦੀ ਰਹੀ ਆ ਕੋਈ ਹੋਰ ਕੋਈ ਸਾਾਨੂੰ ਕੋਈ ਆਵਾਜ਼ ਨਹੀਂ ਸੁਣੀ ਤੇ ਅਸੀਂ ਉਹਨਾਂ ਕੰਕਾ ਉੱਥੇ ਜੋ ਗੱਡੀ 'ਚੋਂ ਸਿੱਟਿਆ ਆ ਸ਼ਹੀਦ ਸ਼ਹੀਦ ਹੋਇਆ ਗੱਡੀ 'ਚ ਸਿੱਟਿਆ ਚੱਕ ਕੇ ਉਦੋਂ ਕੰਕਾ ਉਹਨਾਂ ਦਾ ਢਿੱਕਿਆ ਆ ਤੇ ਉਹ ਅੱਜ ਵੀ ਕਹਿੰਦੇ ਜੱਲੋਵਾਲ ਗੁਰਦੁਆਰੇ ਦੇ ਵਿੱਚ ਮੜਾ ਕੇ ਉਹਨਾਂ ਨੇ ਰੱਖਿਆ ਹੋਇਆ ਹੈ ਜਿਹੜਾ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਉੱਪਰ ਜਿਹੜਾ ਤਸ਼ੱਦਦ ਹੋਇਆ ਜੀ ਉਸ ਤੋਂ ਬਾਅਦ ਕੀ ਕੋਈ ਜਥੇਬੰਦੀ ਵੱਲੋਂ ਜਾਂ ਪੁਲਿਸ ਵੱਲੋਂ ਜਾਂ ਕਿਸੇ ਪਿੰਡੂ ਸੂਤਰ ਦੇ ਵੱਲੋਂ ਕਿ ਉਹਨਾਂ ਨੂੰ ਕਿੰਨੇ ਦਿਨ ਫੜਿਆ ਗਿਆ ਤੇ ਕਿੰਨੇ ਦਿਨ ਉਹਨਾਂ ਨੂੰ ਸਰਕਾਰੀ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਪੱਕੀ ਤਰੀਕ ਦੇ ਬਾਰੇ ਇਤਨੀ ਦੱਸਿਆ ਜਾ ਸਕਦਾ ਪਰ ਕੋਈ ਕਿਆਸ ਨਹੀਂ ਕਿ ਕਿੰਨਾ ਕੁ ਦਿਨ ਉਹ ਪੁਲਿਸ ਦੀ ਹਿਰਾਸਤ ਦੇ ਵਿੱਚ ਰਹੇ ਤੇ ਕਿੰਨੇ ਕੁ ਦਿਨ ਉਹਨਾਂ ਨੂੰ ਤਸ਼ੱਦਦ ਸਹਿਣਾ ਪਿਆ ਉਹ ਵੀਰ ਜੀ ਕਹਿੰਦੇ 1 ਜੁਲਾਈ ਨੂੰ ਫੜੇ ਗਏ ਆ 3 ਜੁਲਾਈ ਨੂੰ ਸਾਨੂੰ ਮਿਲ ਗਏ ਆ ਅੱਛਾ ਜੀ ਜੀ ਉਸ ਤਸ਼ੱਦਦ ਦੇ ਦੌਰਾਨ ਜਿਹੜੀਆਂ ਤਸਵੀਰਾਂ ਤਾਂ ਤਕਰੀਬਨ ਸੰਗਤ ਨੇ ਵੇਖੀਆਂ ਨੇ ਕਿ ਕਿਸ ਤਰ੍ਹਾਂ ਦਾ ਅਣਪਨੁਕੀ ਤਸ਼ੱਦਦ ਜਿਹੜਾ ਸੀ ਉਹਨਾਂ ਦੇ ਉੱਪਰ ਕੀਤਾ ਗਿਆ ਕਿਵੇਂ ਦਾ ਕਹਿਰਟ ਆਇਆ ਗਿਆ ਉਸ ਬਾਰੇ ਤੁਹਾਨੂੰ ਕੀ ਦੱਸਿਆ ਗਿਆ ਪਰਿਵਾਰ ਨੂੰ ਕਿ ਜੋ ਲੋਕਾਂ ਦੇ ਵਿੱਚ ਚੱਲਦੀਆਂ ਗੱਲਾਂ ਸੀ ਕਿ ਕਿਸ ਤਰ੍ਹਾਂ ਦੇ ਨਾਲ ਤਸ਼ੱਦਦ ਜਿਹੜਾ ਸੀ ਉਹਨਾਂ ਦੇ ਜਿਸਮ ਦੇ ਉੱਪਰ ਉਹ ਕੀਤਾ ਗਿਆ ਸਾਨੂੰ ਸਾਡੇ ਪਿੰਡ ਦਾ ਇੱਕ ਵੀਰ ਜੀ ਪੁਲਿਸ ਪੁਲਸਾੜਾ ਸੀਗਾ ਠੀਕ ਉਹ ਦੱਸਿਆ ਕਿ ਪੈਰਾ ਤੋਂ ਫੜ ਕੇ ਉਹਨੂੰ ਕੜਾਹੀ ਦੇ ਵਿੱਚ ਪਾਣੀ ਭਰ ਦਿੱਤੇ ਤੇ ਵਿੱਚ ਸਟਰਾ ਸੀਗੇ ਜੀ ਤੇ ਕੱਢ ਲੈਂਦੇ ਸੀਗੇ ਫਿਰ ਇੱਥੇ ਸੜਦੇ ਸੀਗੇ ਤੁਜੀ ਲੋ ਵੀਰ ਜੀ ਘਰ ਆਇਆ ਤਾਂ ਪੈਰ ਉਹਨਾਂ ਦੇ ਰੀਤ ਨਾਲ ਭਰੇ ਪੈਸੀ ਪੈਰਾਂ ਨੂੰ ਕੁਝ ਨਹੀਂ ਸੀ ਹੋਇਆ ਹੋਇਆ ਤੇ ਮਾਤਾ ਸਾਡੀ ਨੇ ਇਹੋ ਹੀ ਕਿਹਾ ਸੀ ਕਹਿੰਦੀ ਜਾਣ ਲੱਗੀ ਕਹਿੰਦੀ ਕੋਈ ਵੀ ਸਿੰਘ ਹੋਵੇ ਪੁੱਤ ਮੈਂ ਘਰ ਲੈ ਆਉਣਾ ਆ ਮੈਂ ਇਹ ਨਹੀਂ ਕਹਿਣਾ ਮੇਰਾ ਗੁਰਦੇਵ ਸੋਈ ਆ ਕੋਈ ਵੀ ਹੋਵੇ ਮੈਂ ਉਹਨੂੰ ਘਰ ਲੈ ਆਉਣਾ ਆ ਤੇ ਘਰ ਵੀ ਅਸੀਂ ਆ ਕੇ ਉਹਨਾਂ ਦੇ ਇੱਕ ਸੱਟ ਲੱਗੀ ਸੀ ਛੋਟੇ ਹੁੰਦੇ ਆ ਨੋਂ ਨਿਕਲ ਗਿਆ ਸੀ ਤੇ ਸਾਨੂੰ ਉਸ ਨੋਂ ਤੋਂ ਪਛਾਣ ਹੋਈ ਸੀ ਜੀ ਇਸ ਤਰ੍ਹਾਂ ਦੇ ਨਾਲ ਤੁਸੀਂ ਭੈਣ ਜੀ ਹੁਣ ਤੋਂ ਸਰਵਣ ਕੀਤਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਗਰਮ ਪਾਣੀ ਦੇ ਕੜਾਹੇ ਦੇ ਵਿੱਚ ਡੋਬ-ਡੋਬ ਕੇ ਜਿਹੜਾ ਸੀ ਜਿਸਮ ਨੂੰ 60 ਸੜ ਕੇ ਜਿਹੜਾ ਸੀ ਉਹ ਸ਼ਹੀਦ ਕੀਤਾ ਗਿਆ ਗੁਨਾਹ ਕੀ ਸੀ ਕਿ ਜੂਨ 84 ਦੇ ਉੱਪਰ ਹੋਏ ਕੱਲੂ ਘਾਰੇ ਤੋਂ ਬਾਅਦ ਉਹਨਾਂ ਨੂੰ ਹਥਿਆਰਬੰਦ ਸੰਘਰਸ਼ ਚ ਆਉਣਾ ਪਿਆ ਜਾਂ ਫਿਰ ਕਹਿ ਸਕਦੇ ਆ ਕਿ ਸਿੱਖ ਕੌਮ ਦੇ ਨਾਲ ਜਿਹੜਾ 1849 ਤੋਂ ਵਸਾਹਤ ਸ਼ੁਰੂ ਹੋ ਗਿਆ ਸੀ ਕਦੀ ਡੋਗਰਿਆਂ ਦੇ ਰੂਪ ਚ ਕਦੀ ਆਰੀਆ ਸਮਾਜੀਆਂ ਦੇ ਰੂਪ ਚ ਕਦੀ ਪੰਜਾਬ ਦੇ ਪਾਣੀਆਂ ਦਾ ਮਸਲਾ ਕਦੀ ਪੰਜਾਬ ਦੀ ਬੋਲੀ ਦਾ ਮਸਲਾ ਕਦੀ ਨਰਕਤਾਰੀਆਂ ਦਾ ਮਸਲਾ ਇਹ ਜਿੰਨੇ ਵੀ ਪੰਜਾਬ ਦੇ ਨਾਲ ਬਤੌਰ ਸਿੱਖ ਹੋਣ ਦੇ ਨਾਤੇ ਕੌਮੀਅਤ ਦੇ ਨਾਲ ਵਿਸਾਖਾਤ ਹੋਏ ਸੀ ਉਹਨਾਂ ਵਿਸਾਖਾਤਾਂ ਨੇ ਸਿੱਖ ਨੌਜਵਾਨੀ ਨੂੰ ਹਥਿਆਰ ਚੁੱਕਣ ਦੇ ਵਾਸਤੇ ਮਜਬੂਰ ਕੀਤਾ ਤੇ ਜਦੋਂ ਨੌਜਵਾਨੀ ਨੇ ਆਪਣੇ ਹੱਕ ਲੈਣ ਦੇ ਵਾਸਤੇ ਹੱਕ ਵੀ ਇਸ ਕਰਕੇ ਕਿਉਂਕਿ ਜਿਸ ਦੇਸ਼ ਦੇ ਵਿੱਚ ਬਗਾਨਿਆਂ ਵਾਂਗ ਉਹਨਾਂ ਨੂੰ ਕੋਹ ਕੋਹ ਕੇ ਖਤਮ ਕੀਤਾ ਜਾ ਰਿਹਾ ਸੀ ਉਹ ਉਹ ਦੇਸ਼ ਸੀ ਜਿਸ ਨੂੰ ਆਜ਼ਾਦ ਕਰਾਉਣ ਦੇ ਵਾਸਤੇ ਇਨ੍ਹਾਂ ਹੀ ਨੌਜਵਾਨਾਂ ਦੇ ਵਡੇਰਿਆਂ ਨੇ ਆਪਣੇ ਖੂਨ ਨੂੰ ਪਾਣੀ ਦੇ ਵਾਂਗ ਡੋਲਿਆ ਸੀ ਇਸ ਕੌਮਤ ਦੀਆਂ ਬੱਚੀਆਂ ਦੀ ਇੱਜ਼ਤਾਂ ਨੂੰ ਬਚਾਉਣ ਵਾਸਤੇ ਸਾਡੇ ਵਡੇਰਿਆਂ ਨੇ ਗਜ਼ਨੀ ਦਾ ਅਬਦਾਲੀਆਂ ਦਾ ਤੇ ਨਾਦਰ ਸ਼ਾਹਾਂ ਦਾ ਮੁਕਾਬਲਾ ਕੀਤਾ ਸੀ ਤੇ ਉਸ ਜ਼ੁਲਮ ਦਾ ਵਹਿਣਾ ਨੂੰ ਰੋਕਣ ਵਾਲੀ ਕੌਮ ਦੇ ਨੌਜਵਾਨਾਂ ਨੂੰ ਜੇਲ੍ਹਾਂ ਦੇ ਵਿੱਚ ਗਰਮ ਕੜਾਹਿਆਂ ਦੇ ਵਿੱਚ ਪਾਣੀ ਉਬਾਲ ਕੇ ਸਾੜ ਸੜ ਕੇ ਸ਼ਹੀਦ ਕੀਤਾ ਜਾ ਰਿਹਾ ਸੀ ਸ਼ਹਾਦਤ ਤੋਂ ਬਾਅਦ ਉਹਨਾਂ ਦਾ ਜਿਹੜਾ ਮ੍ਰਿਤਕ ਸਰੀਰ ਸੀ ਉਹ ਪਰਿਵਾਰ ਨੂੰ ਦੇ ਦਿੱਤਾ ਗਿਆ ਜੀ ਦੇ ਦਿੱਤਾ ਸੀ ਜੀ ਉਹਦੇ ਵਾਸਤੇ ਵੀ ਕੁਝ ਜਿਸ ਤਰ੍ਹਾਂ ਕੋਈ ਪ੍ਰੋਟੈਸਟ ਕਰਨਾ ਪਿਆ ਮੁਜ਼ਾਰਾ ਕਰਨਾ ਪਿਆ ਕਿ ਪੁਲਿਸ ਵਾਲੇ ਪਿੰਡਾਂ ਤੋਂ ਲੱਗ-ਲੱਗ ਵੀਰ ਟਰਾਲੀਆਂ ਭਰ ਕੇ ਗਈਆਂ ਹਾਂ ਜੀ ਤੇ ਉਹ ਲੈ ਆਏ ਸੀ ਉੱਥੇ ਨਹੀਂ ਕੁਝ ਵੀ ਕਿਹਾ ਜਦੋਂ ਕਾਰ ਲਿਆ ਇਹ ਤਾਂ ਉਦੋਂ ਪੁਲਿਸ ਦਾ ਪੈਰਾ ਬਹੁਤ ਸੀਗਾ ਅਕਸਰ ਜਿਸ ਤਰ੍ਹਾਂ ਦੇ ਨਾਲ ਉਸ ਸਮੇਂ ਵਾਪਰਦਾ ਰਿਹਾ ਹੈ ਕਿ ਨੌਜਵਾਨ ਬੱਚੇ ਪਰਿਵਾਰਾਂ ਦੇ ਸ਼ਹੀਦ ਕਰ ਦਿੱਤੇ ਜਾਂਦੇ ਸੀ ਉਹਨਾਂ ਦੇ ਮ੍ਰਿਤਕ ਸਰੀਰ ਵੀ ਉਹਨਾਂ ਦੇ ਪਰਿਵਾਰਾਂ ਨੂੰ ਮਿਲੇ ਜਿੱਥੇ ਪਿੰਡ ਵਾਸੀਆਂ ਵੱਲੋਂ ਉਹਨਾਂ ਦਾ ਹੀ ਪਰ ਦਬਾਅ ਪਾਇਆ ਗਿਆ ਪਰ ਇੱਕ ਗੱਲ ਇੱਥੇ ਜ਼ਿਕਰਯੋਗ ਹੋਰ ਹੈ ਕਿ ਪੰਜਾਬ ਦੇ ਪਿੰਡ ਵਾਸੀਆਂ ਨੇ ਦਬਾਅ ਵੀ ਉਹਨਾਂ ਵੀਰਾਂ ਵਾਸਤੇ ਹੀ ਪਾਇਆ ਜਿਹੜੇ ਵੀਰ ਸੱਚਮੁੱਚ ਹੀ ਸੰਘਰਸ਼ ਦੇ ਵਾਸਤੇ ਚੱਲੇ ਹੋਏ ਸਨ ਤੇ ਜਿਨ੍ਹਾਂ ਦੇ ਪਿੱਛੇ ਲੋਕ ਰਾਏ ਸੀ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਪੁਲਿਸ ਦੇ ਅੱਗੇ ਮਜ਼ਾਰੇ ਕਰਕੇ ਕਿਸੇ ਦੇ ਮ੍ਰਿਤਕ ਸਰੀਰ ਨੂੰ ਲੈਣਾ ਵੀ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਉਣ ਵਾਲੀ ਗੱਲ ਸੀ ਸੋ ਸੰਗਤਾ ਜਿਹੜੀਆਂ ਸੀ ਉੱਥੇ ਉਹਨਾਂ ਨੇ ਵੀ ਇੱਕ ਚੰਗੇ ਕਹਿ ਸਕਦੇ ਹਾਂ ਕਿ ਆਪਣੇ ਰੋਲ ਨੂੰ ਨਿਭਾਇਆ ਇਹਨਾਂ ਵੀਰਾਂ ਦੇ ਮ੍ਰਿਤਕ ਸਰੀਰ ਜਿਹੜੇ ਸੀਗੇ ਉਹ ਪਰਿਵਾਰ ਨੂੰ ਦਿੱਤੇ ਤਾਂ ਕਿ ਗੁਰਮਤ ਮਰਿਆਦਾ ਅਨਸਾਰ ਅੰਤਮ ਰਸਮਾਂ ਹੋ ਸਕਣ ਜਦੋਂ ਮ੍ਰਿਤਕ ਸਰੀਰ ਤੁਸੀਂ ਵੇਖਿਆ ਜੀ ਕਿਵੇਂ ਦੇ ਹਾਲਾਤ ਸੀ ਪਿਆਰੀ ਵੀਰਜੀ ਕੱਲ੍ਹ ਸਹੀ ਸੀਗੇ ਹੋਰ ਨਹੀਂ ਸੀ ਕੁਝ ਵੀ ਬਾਕੀ ਸਾਰੇ ਜਿਸਮ ਜੜਾ ਸੀ ਹਾਂਜੀ ਸਾਰਾ ਬਾਲਿਆ ਹੋਇਆ ਸੀ ਉਬਲਿਆ ਸੀ ਹੱਥ ਵੀ ਨਹੀਂ ਸੀ ਲੱਗਦਾ ਕਿਸੇ ਹੱਥ ਨਾਲ ਨਹੀਂ ਸੀ ਹੱਥ ਲਾ ਸਕਦੇ ਜੀ ਇਸ ਤਰ੍ਹਾਂ ਦੀ ਸਰੀਰ ਦੀ ਹਾਲਤ ਸੀ ਕਿ ਕੇਵਲ ਤੇ ਕੇਵਲ ਪੈਰਾਂ ਤੋਂ ਔਰ ਇੱਕ ਬਚਪਨ ਦੇ ਵਿੱਚ ਉਂਗਲ ਤੋਂ ਲੱਥੇ ਹੋਏ ਨੋਂ ਤੋਂ ਉਹਨਾਂ ਦੀ شناخت ਹੋ ਚੁੱਕੀ ਸੀ ਬਾਕੀ ਸਾਰੇ ਸਰੀਰ ਨੂੰ ਗਰਮ ਪਾਣੀ ਦੇ ਕੜਾਹੀ ਦੇ ਵਿੱਚ ਉਬਾਲ-ਉਬਾਲ ਕੇ ਬਿਲਕੁਲ ਜਿਸਮ ਤੋਂ ਚਮੜੀ ਲਾ ਦਿੱਤੀ ਗਈ ਸੀ ਤੇ ਸਰੀਰ ਦਾ ਜਿਹੜਾ ਸੀ ਇਹ ਹਾਲ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਵੀ ਤੁਹਾਡੇ ਤੇ ਸਰਕਾਰੀ ਤਸ਼ੱਦਦ ਦਾ ਜ਼ੋਰ ਰਿਹਾ شہادت ਤੋਂ ਬਾਅਦ ਵੀ ਜੀ ਉਦੋਂ ਸਾਡੇ ਕੋਲ ਵੀਰ ਬਹੁਤ ਆਉਂਦੇ ਰਹੇ ਉਹਦੇ ਸਾਥੀ ਤੇ ਇਹ ਨਹੀਂ ਵੀ ਚਾਹ ਕਮਾਂਡੋ ਵਾਲੇ ਸੀ ਚਾਹ ਬੱਬਰ ਵਾਲੇ ਸੀ ਕੋਈ ਵੀ ਸੀ ਲਵਰੇਸ਼ਨ ਵਾਲੇ ਸਾਰੇ ਸਿੰਘ ਆਉਂਦੇ ਰਹੇ ਮਾਤਾ ਸਾਡੀ ਇਦਾਂ ਸੀ ਵੀ ਕੋਈ ਵੀ ਆਵੇ ਉਹਨੂੰ ਆਪਣਾ ਬਹੁਤੀ ਸਮਝਦੀ ਸੀ ਜੇਲਾਂ ਦੇ ਵਿੱਚ ਮੁਲਾਕਾਤਾਂ ਵੀ ਕਰਦੀ ਰਹੀ ਆ ਜਿੱਥੇ ਕਿਸੇ ਦੇ ਸੁਖ ਸੁਨੇਹਾ ਸੀ ਉੱਥੇ ਸੁਖ ਸੁਨੇਹਾ ਵੀ ਦਿੰਦੀ ਰਹੀ ਆ ਜੇ ਕੋਈ ਵੀਰ ਉਹਨੂੰ ਕੋਸ ਦੇ ਕੇ ਕੋਈ ਚੀਜ਼ ਜਾਂਦਾ ਸੀ ਉਹ ਵੀ ਉਹਦੀ ਸਾੰਬ ਦੀ ਸੀ ਉਹ ਜਿੱਥੇ ਕਹਿੰਦਾ ਹੀ ਉੱਥੇ ਪਹੁੰਚਾਉਂਦੀ ਸੀ ਉਹ ਸਾਰੇ ਜਗ੍ਹਾ ਜਿੱਦਾਂ ਜਿੱਦਾਂ ਕੋਈ ਕਹਿੰਦਾ ਸੀ ਉਦਾਂ ਉਦੈ ਉਹ ਉੱਥੇ ਉੱਥੇ ਜਾਂਦੀ ਸੀ ਮਗਰ ਉਹਨਾਂ ਦੇ ਮੁਲਾਕਾਤਾਂ ਨਾਬੇ ਹੋਰ ਜਗ੍ਹਾ ਸਾਰੇ ਸਿੰਘਾਂ ਦੇ ਮਗਰ ਕਰਦੀ ਰਹੀ ਜਾਂਦੀ ਰਹੀ ਆ ਪਰ ਸਾਨੂੰ ਇਹ ਕਹਿਣਾ ਵੀ ਤੁਸੀਂ ਪੁੱਤ ਬਸ ਆਏ ਵੀਰਾਂ ਨੂੰ ਪ੍ਰਸ਼ਾਦਾ ਛਕਾਉਣਾ ਆ ਇਹ ਨਹੀਂ ਪੁੱਛਣਾ ਤੁਸੀਂ ਕੌਣ ਆ ਕੌਣ ਨੇ ਅਸੀਂ ਪਾਸੇ ਹੋਰ ਰਾਤ ਨੂੰ ਵੀ ਇਦਾਂ ਹੁੰਦਾ ਸੀ ਕਿ ਵੀ ਦੁੱਧ ਡੱਬੇ ਚ ਪਾ ਕੇ ਤੇ ਪ੍ਰਸ਼ਾਦੇ ਬਣਾ ਕੇ ਤੇ ਅਸੀਂ ਟੰਗ ਲੈਂਦੇ ਸੀ ਵੀ ਕੋਈ ਆਵੇ ਤਾਂ ਸਾਨੂੰ ਲੈਟ ਨਾ ਜਗਾਉਣੀ ਪਵੇ ਕਿਸੇ ਨੂੰ ਪਤਾ ਨਾ ਲੱਗੇ ਇਸ ਤੋਂ ਤਾਂ ਹੀ ਕਿ ਬਾਅਦ ਚ ਸਾਡੇ ਪੁਲਿਸ ਵੀ ਸਿੰਘ ਬਣ ਕੇ ਆਉਂਦੀ ਰਹੀ ਤੇ ਮਾਤਾ ਸਾਡੀ ਪੱਚੀ ਸਾ ਸਰਪੰਚਣੀ ਰਹੀ ਆ ਪਿੰਡ ਦੀ ਉਹਨਾਂ ਦਾ ਮਹਾਰਾਜਾ ਲੋ ਕੋਈ ਝਟ ਪਛਾਣ ਜਾਂਦੀ ਸੀ ਵੀ ਤੁਸੀਂ ਕੌਣ ਆ ਜੇ ਪੁਲਿਸ ਵਾਲੇ ਆਉਂਦੇ ਸੀ ਕਹਿੰਦੀ ਮੇਰੇ ਕੋਲ ਮੈਂ ਕੱਲੀ ਇੱਥੇ ਆਪਣੇ ਬੱਚੇ ਲੈ ਕੇ ਬੈਠੀ ਖੇਤਾਂ ਦੇ ਵਿੱਚ ਮੇਰੇ ਕੋਲ ਕੋਈ ਨਹੀਂਗਾ ਵੀਰਾ ਤੁਸੀਂ ਇੱਥੋਂ ਮੁੜ ਜਾਓ ਗੇਟ ਮੈਂ ਨਹੀਂ ਸੀ ਕਦੀ ਉਹਨੂੰ ਖੋਲਿਆ ਤੋ ਉਹ ਕਹਿੰਦੇ ਸੀ ਮਾਤਾ ਤੇਰੇ ਚ ਕਿਹੜਾ ਰੱਬ ਨੇ ਦਿਮਾਗ ਭਰ ਦਿੱਤਾ ਜਿਹੜਾ ਤੂੰ ਇਦਾਂ ਪਛਾਣ ਜਾਂਦੀ ਆਂ ਵੀ ਤੂੰ ਪੁਲਿਸ ਵਾਲੇ ਅਸੀਂ ਸਿੰਘ ਬਣ ਕੇ ਆਏ ਤੋ ਤੂੰ ਸਾਨੂੰ ਫੇਰ ਵੀ ਨਹੀਂ ਪਛਾਣ ਸਕੀ ਵੀ ਇਹ ਵੀ ਸਿੰਘ ਆ ਕਿ ਪੁਲਿਸ ਵਾਲੇ ਆ ਕਹਿਣਾ ਨਹੀਂ ਮੇਰੇ ਕੋਲ ਸਿੰਘ ਆਉਂਦੇ ਹੀ ਨਹੀਂ ਕਿ ਮੈਂ ਸਿੰਘਾਂ ਨੂੰ ਕੀ ਕਹਣਾ ਮੇਰਾ ਪੁੱਤ ਸ਼ਹੀਦ ਹੋ ਗਿਆ ਮੇਰੇ ਕੋਲ ਕੋਈ ਨਹੀਂ ਆਉਂਦਾ ਅੱਜ ਤਾਈ ਜੀ ਮਰਦੇ ਦੰਮ ਤਾਈ ਵੀ ਉਹਨੇ ਇਹੀ ਕਿਹਾ ਕਹਿਣਾ ਕੋਈ ਤੁਹਾਡਾ ਵੀਰ ਆਵੇ ਪ੍ਰਸ਼ਾਦੀ ਤੋਂ ਬਿਨਾਂ ਨਹੀਂ ਆਉਂਦੇ ਨੂੰ ਪਹਿਲਾਂ ਪ੍ਰਸ਼ਾਦਾ ਪੁੱਛਣਾ ਫੇ ਪਾਣੀ ਚਾਹ ਪੁੱਛਣਾ ਮਾਤਾ ਜੀ ਕਦੋਂ ਚੜਾਈ ਕੀਤੀ ਮਾਤਾ ਜੀ ਸਾਡੇ ਨੂੰ ਹੋ ਗਈ ਆ ਯਾ 6 7 10 ਸਾਲ ਹੀ ਹੋ ਗਏ ਭਾਈ ਗੁਰਦੇਵ ਸਿੰਘ ਦੀ ਸ਼ਹਾਦਤ ਤੋਂ ਬਾਅਦ ਤੁਹਾਨੂੰ ਕਿੰਨੀ ਵਾਰ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਪੁਲਿਸ ਤਸ਼ੱਦਦ ਦਾ ਤੁਹਾਨੂੰ ਕੁੱਦ ਨੂੰ ਇਹ ਮੇ ਨੋ ਵੀ ਚ ਟੈਨਕ ਵਾਰੀ ਖੜਿਆ ਤੇ ਕਰਪੂਤੇ ਸਟਾਫ ਚ ਘੜਦੇ ਰਹੇ ਆ ਉਹ ਵੀ ਇੱਕ ਲਖਣ ਕਿਆਂ ਦਾ ਮੁੰਡਾ ਸੀਗਾ ਉਹ ਸਾਡੇ ਘਰੋਂ ਦਰਿਆ ਸੀਗਾ ਉਹਨਾਂ ਨੇ ਕਿਹਾ ਵੀ ਮੈਂ ਭੈਣ ਦੇ ਦਰਵਾਜ਼ਾ ਸਾਹ ਦੋ ਤੇ ਨਾਰੀ ਮਿਲਿਆ ਆ ਤੋ ਪੌਲਸ ਜਿੱਦਾਂ ਸਾਡੀ ਕੁੱਟਿਆ ਸਾਡੀ ਮਾਤਾਂ ਨੂੰ ਸਾਡੇ ਘਰ ਦੇ ਵਿੱਚ ਸਾਡੇ ਮੇਰੇ ਪਿਤਾ ਇਹਨੂੰ ਕੁੱਟਿਆ ਮਾਤਾ ਇਹਨੂੰ ਸਾਡੇ ਨੂੰ ਕੁੱਟਿਆ ਸਾਡੇ ਸਾਹਮਣੇ ਅੱਖਾਂ ਦੇ ਘੁੱਟਦੇ ਰਹੇ ਤੇ ਫਸ ਉਹਨਾਂ ਦੇ ਰੱਸੀ ਖੋਲ ਦੇਣੇ ਤੇ ਸਾਨੂੰ ਸਾਰਿਆਂ ਨੂੰ ਇਸ ਕੇਸੀ ਚਨਾਤ ਭੰਡ ਭਰਾ ਸਾਰਿਆਂ ਕੀਤੇ ਉਦਾਂ ਕੇਸਾਂ ਤੋਂ ਤੂਬ ਤੂ ਕੇ ਸਾਨੂੰ ਗੱਡੀਆਂ ਦੇ ਸੱਟ ਕੇ ਲੈ ਗਏ ਤੇ ਉੱਥੇ ਸਾਨੂੰ ਮਾਤਾ ਮੇਰੀ ਨੂੰ ਕਹਿਣ ਲੱਗੇ ਵੀ ਤੇਰੇ ਬੱਚੇ ਸਭ ਕੋ ਮੰਨ ਗਏ ਆ ਮਾਤਾ ਤੂੰ ਦੱਸ ਦੇ ਮਾਤਾ ਕਹਣ ਲੱਗੀ ਜੇ ਬੱਚੇ ਮੰਨ ਗਏ ਵੀਰਾ ਤੂੰ ਹੀ ਉਹਨਾਂ ਨੂੰ ਲੈ ਜਾ ਉਹਨਾਂ ਨੂੰ ਪੁੱਛ ਲੋ ਜਿੱਥੇ ਕੋਈ ਚੀਜ਼ ਘਰ ਚ ਪਈ ਆ ਉਹ ਤੈਨੂੰ ਦੇ ਆ ਦੇਣਗੇ ਸਾਨੂੰ ਕਹਿਣਾ ਤੁਹਾਡੀ ਮਾਤਾ ਮੰਨ ਗਈ ਆ ਵੀ ਤੁਸੀਂ ਸੌਖੋ ਚਲੋ ਤੁਸੀਂ ਦੱਸ ਦਿਓ ਤੇ ਤੁਹਾਨੂੰ ਹੀ ਘਰ ਆਪ ਸਤਕਾਰ ਨਾਲ ਛੱਡ ਕੇ ਆਵਾਂਗੇ ਤੇ ਸਾਡੇ ਸਾਹਮਣੇ ਜਿੱਦਾਂ ਅਸੀਂ ਆ ਗਏ ਆ ਸ਼ਾਮ ਨੂੰ 5ਵੇਂ ਦਿਨ ਵੀ ਜਿੱਦਾਂ ਸਾਡੇ ਕੋਈ ਰਿਸ਼ਤੇਦਾਰੀ ਸੀਗੇ ਉਹਨਾਂ ਪੈ ਪੂ ਕੇ ਮਿੰਨਤ ਮੇਰੇ ਭਰਾ ਨੂੰ ਛੱਡਾ ਦੇਂਦਾ ਤੇ ਮਾਤਾ ਸਾਡੀ ਨੂੰ ਨਹੀਂ ਛੱਡਿਆ ਇਹਨਾਂ ਦੇ ਸਾਹਮਣੇ ਵੀਰ ਸਾਡਾ ਭੂਆ ਜੀ ਦਾ ਲੜਕਾ ਲੱਗਦਾ ਸੀ ਬਸਰਾਮਪੁਰ ਵਾਲਾ ਉਤਾਰ ਸਿੰਘ ਉਹ ਕਹ ਦੱਸ ਦੇ ਕਹਿੰਦੇ ਮੇਰੇ ਸਾਹਮਣੇ ਜਦੋਂ ਦੋ ਥਾਈ ਕੀਤਾ ਹਨ ਤਾਂ ਮੇਰੇ ਕੋ ਕਹਿੰਦੇ ਉਹ ਧਰਤੀ ਵੀਰ ਨਹੀਂ ਦਿੰਦੀ ਮੈਂ ਜੋ ਮੇਰੀ ਉਹ ਸਹਾਲਤ ਹੋਈ 2 ਮਹੀਨੇ ਬਾਕੇ ਘਰ ਨਹੀਂ ਸਾਡੇ ਕੋ ਉੱਥੇ ਨਾ ਬੋਲੇ ਇਹ ਦੋ ਦੋ ਥਾਈ ਮੇਰੇ ਸਾਹਮਣੇ ਕਰ ਦਿੱਤਾ ਟਾਲੀ ਦੇ ਨਾਲ ਵੱੰਨ ਕੇ ਐਸੀ ਬੰਝ ਹੋਣਾ ਨੇ ਜਿਹੜੇ ਵਿਚਾਰ ਸਾਂਝੇ ਕੀਤੇ ਨੇ ਦਰਸ਼ਕਾਂ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਇੱਕ ਨੌਜਵਾਨ ਜਿਹੜਾ ਕਿਰਤ ਕਰ ਰਿਹਾ ਸੀ ਉਹ ਜੂਨ 84 ਦੇ ਵਿੱਚ ਹੋਏ ਕੱਲੂਕਾਰ ਦੇ ਚਰਮੰਦਰ ਸਾਹਿਬ ਦੀ ਬੇਦਬੀ ਨਾਂ ਸਹਾਰ ਦਾ ਹੋਇਆ ਹਥਿਆਰਬੰਦ ਸੰਘਰਸ਼ ਦੇ ਵਿੱਚ ਆ ਕਿਸ ਤਰ੍ਹਾਂ ਹਥਿਆਰਬੰਦ ਸੰਘਰਸ਼ ਦੇ ਵਿੱਚ ਹਿੱਸਾ ਲਿਆ ਉਸ ਤੋਂ ਬਾਅਦ ਕਿਸ ਤਰ੍ਹਾਂ ਸਰਕਾਰੀ ਤਸ਼ੱਦਦ ਦਾ ਸਾਹਮਣਾ ਕਰਦੇ ਸ਼ਹੀਦ ਹੋਏ ਸ਼ਹਾਦਤ ਤੋਂ ਬਾਅਦ ਹੋਈ ਸਰਕਾਰੀ ਦਮਨ ਚੱਕਰ ਨੇ ਪਰਿਵਾਰ ਦਾ ਪਿੱਛਾ ਨਾ ਛੱਡਿਆ ਮਾਤਾ ਜੀ ਤੇ ਜ਼ਬਰ ਭੈਣਾ ਤੇ ਜ਼ਰ ਉਹਨਾਂ ਦੇ ਰਿਸ਼ਤੇਦਾਰਾਂ ਦੇ ਵਿੱਚੋਂ ਜਿਸ ਤਰ੍ਹਾਂ ਭੈਣ ਜੀ ਨੇ ਦੱਸਿਆ ਪਾਈ ਬਤਾਰ ਸਿੰਘ ਬਸਰਾਮਪੁਰ ਉਹਨਾਂ ਨੂੰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਦੋ ਹਿੱਸਿਆਂ ਦੇ ਵਿੱਚ ਚੀਰ ਦਿੱਤਾ ਗਿਆ ਸ਼ਾਇਦ ਮੇਰੇ ਖਿਆਲ ਦੇ ਨਾਲ ਜਿਹੜਾ ਵੀ ਦਰਸ਼ਕ ਸੁਣ ਰਿਹਾ ਹੈ ਚਾਹੇ ਦੇਗਾ ਚੋ ਬਾਲੇ ਜਾਣ ਦੀ ਗੱਲ ਹੋਵੇ ਚਾਹੇ ਆਰਿਆ ਨਾਲ ਚਰਾਏ ਜਾਣ ਦੀ ਗੱਲ ਹੋਵੇ ਜਦੋਂ ਅਸੀਂ ਇਹ ਸਭ ਕੁਝ ਅੱਜ ਸੁਣ ਰਹੇ ਹਾਂ ਜੋ ਅੱਜ ਦਾ ਇਤਿਹਾਸ ਹੈ ਤਾਂ ਸੱਚਮੁੱਚ ਸਾਨੂੰ ਆਪਣੇ ਪ੍ਰਾਤਨ ਇਤਿਹਾਸ ਯਾਦ ਆ ਜਾਂਦੇ ਨੇ ਕਿਉਂਕਿ ਅਕਸਰ ਇਤਿਹਾਸਕਾਰੀ ਦੇ ਵਿੱਚ ਕਿਹਾ ਜਾਂਦਾ ਹੈ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ ਕੋਈ ਉਹ ਦਿਨ ਸੀ ਜਦੋਂ ਗੁਰੂ ਅਰਜਨ ਪਾਤਸ਼ਾਹ ਦੇਗ ਚੋ ਉਬਾਲੇ ਗਏ ਤੇ ਉਹਨਾਂ ਦੇ ਸ਼ਹੀਦੀ ਦਿਵਸ ਨੂੰ ਮਨਾਉਣ ਆਈ ਸੰਗਤ ਦੇ ਉੱਪਰ ਸਰਕਾਰ ਵੱਲੋਂ ਅੰਨ੍ਹਾ ਤਸ਼ੱਦਦ ਕਰਕੇ ਹਰਿਮੰਦਰ ਸਾਹਿਬ ਦੇ ਉੱਪਰ ਕੱਲੂ ਕਾਰਾ ਵਰਤਾਇਆ ਗਿਆ ਉਸ ਕੱਲੂ ਘਾਰੇ ਦੀ ਪੀੜਾ ਦੇ ਵਿੱਚੋਂ ਸਿੱਖ ਨੌਜਵਾਨੀ ਹਥਿਆਰਬੰਦ ਸੰਘਰਸ਼ ਵਾਸਤੇ ਮਜਬੂਰ ਹੋਈ ਤੇ ਉਸ ਗੁਰੂ ਪਾਤਸ਼ਾਹ ਦੀ ਓਟ ਆਸਰਾ ਦੇ ਸਦਕਾ ਨੌਜਵਾਨੀ ਨੇ ਵੀ ਹਰ ਜ਼ਬਰ ਦਾ ਮੁਕਾਬਲਾ ਸਬਰ ਦੇ ਨਾਲ ਕੀਤਾ ਸੋ ਇਹ ਸਨ ਭਾਜੀ ਗੁਰਦੇਵ ਸਿੰਘ ਹੁਣਾਂ ਦੇ ਭੈਣ ਜੀ ਬੀਬੀ ਨਰਿੰਦਰ ਕੌਰ ਜੀ ਜਿਹੜੇ ਕਿ ਭਾਈ ਰੇਸ਼ਮ ਸਿੰਘ ਜੀ ਹੁਣਾਂ ਦੇ ਧਰਮ ਪਤਨੀ ਨੇ ਜਿਨ੍ਹਾਂ ਨੇ ਇਸ ਤਸ਼ੱਦਦ ਨੂੰ ਇਹ ਸਾਰੇ ਸਮੇਂ ਨੂੰ ਆਪਣੇ ਪਿੰਡੇ ਦੇ ਉੱਪਰ ਹੰਡਾਇਆ ਸਰਕਾਰੀ ਤਸ਼ੱਦਦ ਦੀ ਖੋਦ ਮੂੰਹ ਬੋਲਦੀ ਤਸਵੀਰ ਨੇ ਇੱਕ ਐਸੇ ਗਵਾਹ ਨੇ ਸਿੱਖ ਸੰਘਰਸ਼ ਦੇ ਜਿਨ੍ਹਾਂ ਨੇ ਇਸ ਜਦੋ ਜਹਿਦ ਦੇ ਵਿੱਚ ਆਪਣੇ ਪਰਿਵਾਰ ਦੇ ਉੱਪਰ ਹਰ ਤਸ਼ੱਦਦ ਨੂੰ ਝੱਲਿਆ ਤੇ ਭਾਈ ਗੁਰਦੇਵ ਸਿੰਘ ਦੇਬੂ ਜੀ ਜਿਨ੍ਹਾਂ ਦੀਆਂ ਤਸਵੀਰਾਂ ਜਿਸ ਤਰ੍ਹਾਂ ਭੈਣ ਜੀ ਨੇ ਦੱਸਿਆ ਹੈ ਕਿ ਇੱਕ ਪੈਰਾਂ ਤੋਂ ਬਿਨਾਂ ਜਿਸਮ ਦਾ ਕੋਈ ਅੰਗ ਐਸਾ ਨਹੀਂ ਸੀ ਜਿਸ ਤੋਂ ਮ੍ਰਿਤਕ ਸਰੀਰ ਦੀ ਵੀ شناخت ਕੀਤੀ ਜਾ ਸਕੇ ਸੋ ਉਸ ਮਾਂ ਦੇ ਉਸ ਪਿਤਾ ਦੇ ਉਸ ਭੈਣ ਦੇ ਦਿਲ ਦੇ ਉੱਪਰ ਕੀ ਬੀਤੀ ਹੋਵੇਗੀ ਜਦੋਂ ਇੱਕ ਪਰਾ ਦੀ ਇੱਕ ਪੁੱਤ ਦੀ লাশ ਘਰ ਦੇ ਵਿੱਚ ਆਈ ਹੋਵੇਗੀ ਜਿਸ ਦੀ شناخت ਵੀ ਨਹੀਂ ਕੀਤੀ ਜਾ ਸਕਦੀ ਸੀ ਸੋ ਗੁਰੂ ਸਾਰੋ ਅੱਜ ਤੁਸੀਂ ਸਿੱਖ ਚੈਨਲ ਦੇ ਵਿੱਚ ਭੈਣ ਜੀ ਹੁਣਾਂ ਦੇ ਉਸ ਦਰਦਮਈ ਹਾਲਾਤਾਂ ਨੂੰ ਸਰਵਣ ਕੀਤਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਜੂਨ 84 ਤੋਂ ਬਾਅਦ ਸੰਘਰਸ਼ ਦੇ ਵਿੱਚ ਕੌਮੀ ਆਜ਼ਾਦੀ ਲਈ ਜੂਝਣ ਵਾਲੇ ਸਾਡੇ ਆਜ਼ਾਦੀ ਦੇ ਪਰਵਾਨਿਆਂ ਨੂੰ ਸਰਕਾਰੀ ਤਸ਼ੱਦਦ ਦਾ ਸਾਕਾ ਸ਼ਿਕਾਰ ਹੋਣਾ ਪਿਆ ਜੀ ਤਾਂ ਬਹੁਤ ਬਹੁਤ ਧੰਨਵਾਦ ਆਸ ਕਰਦਾ ਹਾਂ ਕਿ ਸੰਗਤਾਂ ਇਹ ਸੁਣ ਕੇ ਇਹ ਜ਼ਰੂਰ ਮਹਿਸੂਸ ਕਰਨ ਗਿਆ ਕਿ ਕੌਮ ਦਾ ਦਰਦ ਰੱਖ ਕੇ ਕੌਮੀ ਜੀਵਨ ਜਾਚ ਜੀਣ ਵਾਲੇ ਤੇ ਗੁਰੂ ਪਾਤਸ਼ਾਹ ਦੇ ਬਖਸ਼ੇ ਹੋਏ ਮਾਰਗ ਤੇ ਚੱਲ ਕੇ ਸਬਰ ਦਾ ਮੁਕਾਬਲਾ ਜ਼ਬਰ ਦਾ ਮੁਕਾਬਲਾ ਸਬਰ ਦੇ ਨਾਲ ਕਰਨ ਵਾਲੇ ਸੂਰਮੇ ਅੱਜ ਵੀ ਕੌਮ ਦੇ ਵਿੱਚ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਦੇ ਸਦਕਾ ਪੈਦਾ ਹੁੰਦੇ ਨੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਦੇ ਵਿੱਚ ਸਿੱਧੇ ਤੌਰ ਤੇ ਜਾਂ ਫਿਰ ਇੰਟਰਨੈਟ ਤੇ ਰਹੀਂ ਸਿੱਖ ਚੈਨਲ ਨੂੰ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਿੱਖ ਵਿਚਾਰਤਾ ਰਾਦੇ ਵਿੱਚ ਗੁਰੂ ਦੇ ਫਲਸਫੇ ਦੇ ਬਾਰੇ ਇੱਕ ਬਹੁਤ ਹੀ ਵੱਡਾ ਸੱਚ ਬਿਆਨ ਕੀਤਾ ਸੌਦਾ ਇਕ ਤਹਟ ਹੈ ਸ਼ਾ ਸਤਗੁਰ ਸੂਰਾ ਔਗਣ ਲੈ ਗੁਣ ਵਿਕਣੇ ਬਚਨੇ ਦਾ ਸੂਰਾ ਕਿ ਗੁਰੂ ਪਾਤਸ਼ਾਹ ਇੱਕ ਐਸੇ ਹੱਟ ਦੇ ਸ਼ਾ ਨੇ ਜਿੱਥੇ ਬੜਾ ਵੱਖਰੀ ਕਿਸਮ ਦਾ ਸੌਦਾ ਵਿਕਦਾ ਆਮ ਦੁਕਾਨਦਾਰੀ ਦੇ ਵਿੱਚ ਤਾਂ ਅਸੀਂ ਪੈਸੇ ਲੈ ਕੇ ਸੌਦਾ ਖਿਦਨ ਜਾਂਦੇ ਆਂ ਪਰ ਗੁਰਨਾਨਕ ਦੇਰ ਦੀ ਵਿਢਾਈ ਹੈ ਕਿ ਤੁਸੀਂ ਔਗਣਾ ਨੂੰ ਭੇਟ ਕਰੋ ਤੇ ਗੁਰੂ ਝੋਲੀ ਦੇ ਵਿੱਚ ਗੁਣ ਪਾ ਦਿੰਦਾ ਹੈ ਭਾਈ ਸੱਜਣ ਠੱਗ ਤੋਂ ਭਾਈ ਸੱਜਣ ਬਣ ਜਾਂਦਾ ਹੈ ਗੁਰਨਾਨਕ ਸੱਚੇ ਪਾਤਸ਼ਾਹ ਦੇ ਦੋ ਬੋਲ ਬਦਲ ਕੇ ਰੱਖ ਦਿੰਦੇ ਨੇ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਣ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸਨ ਸੱਜਣਾ ਨਾਮ ਸੱਜਣ ਹੈ ਤੇ ਸੱਜਣਾ ਵਾਲੇ ਕੰਮ ਕਰ ਗੁਰਨਾਨਕ ਸੱਚੇ ਪਾਤਸ਼ਾਹ ਦੇ ਦੋ ਬੋਲ ਉਸ ਦੀ ਜ਼ਿੰਦਗੀ ਨੂੰ ਠੱਗ ਤੋਂ ਇੱਕ ਭਾਈ ਸੱਜਣ ਬਣਾ ਦਿੰਦੇ ਨੇ ਤੇ ਗੁਰੂ ਪਾਤਸ਼ਾਹ ਨੇ ਗੁਰੂ ਦੀ ਅ즈ਮਤ ਦੇ ਬਾਰੇ ਬੜਾ ਸੁੰਦਰ ਬਿਆਨ ਵੀ ਕੀਤਾ ਗੁਰ 파ਰਸ ਹਮ ਲੋਹ ਮਿਲ ਕੰਚਨ ਹੋ ਆਰਾਮ ਗੁਰੂ ਐਸਾ 파ਰਸ ਹੈ ਜਿਹੜਾ ਸਾਡੇ ਵਰਗੇ ਲੋਹਿਆਂ ਨੂੰ ਆਪਣੀ ਚਰਨਛੋਹ ਦੇ ਕੇ ਸੋਨੇ ਵਰਗੀ ਮਾਨਸਿਕਤਾ ਤੇ ਜੀਵਨ ਜਾਂਚ ਦੇ ਬਖਸ਼ਿਸ਼ ਕਰ ਦਿੰਦਾ ਹੈ ਬੇਸ਼ੱਕ ਕਿ ਸਿੱਖ ਚੈਨਲ ਦੇ ਵੱਲੋਂ ਜੂਨ 84 ਦਾ ਸਬੰਧਤ ਇਹ ਪ੍ਰੋਗਰਾਮ ਉਲੀਕੇ ਗਏ ਸੀ ਜੂਨ 84 ਤੋਂ ਬਾਅਦ ਕੌਮ ਤੇ ਵਿੱਚ ਆਈਆਂ ਤਬਦੀਲੀਆਂ ਉਸ ਕਲੂਕਾਰੇ ਤੋਂ ਬਾਅਦ ਕੁਸ਼ ਨੌਜਵਾਨਾਂ ਨੇ ਸਿੱਖ ਧਰਮ ਦੀ ਆਜ਼ਾਦੀ ਦੇ ਵਾਸਤੇ ਸੰਘਰਸ਼ੀਲ ਸ਼ਸਤਰਧਾਰੀ ਜੁੱਧ ਦਾ ਜਿਹੜਾ ਸੀ ਆਗਾਜ਼ ਕੀਤਾ ਉਸ ਜਦੋਂ ਜਦੋਂ ਅਰੰਭਿਆ ਤੇ ਕੁਝ ਐਸੀਆਂ ਰੂਹਾਂ ਵੀ ਸਨ ਐਸੇ ਮਨੁੱਖ ਵੀਰ ਵੀ ਸਨ ਜਿਹੜੇ ਮਨੁੱਖਤਾਈ ਨੂੰ ਛੱਡ ਕੇ ਗੁਰਮੁਖਤਾਈ ਦੇ ਵਿੱਚ ਆ ਗਏ ਸੋ ਇਹ ਉਸ ਕਲੂਕਾਰੇ ਦੇ ਕਹਿ ਸਕਦੇ ਕਿ ਸਾਰਥਿਕ ਪ੍ਰਭਾਵ ਸੀ ਕਿ ਜੇਕਰ ਕੌਮੀਅਤ ਦਾ ਇੱਕ ਹਿੱਸਾ ਕੌਮ ਦੀ ਆਜ਼ਾਦੀ ਦੇ ਵਾਸਤੇ ਸੰਘਰਸ਼ ਦੇ ਵਿੱਚ ਆਇਆ ਤਾਂ ਇਸ ਕੱਲੂ ਘਰ ਦੀ ਮਾਨਸਿਕ ਪੀੜਾ ਨੇ ਸਿੱਖ ਮਾਨਸਿਕਤਾ ਨੂੰ ਇੰਨਾ ਜ਼ਿਆਦਾ ਝੰਜੋੜਿਆ ਕਿ ਕੁਝ ਵੀਰ ਜਿਹੜੇ ਸੀ ਸਿੱਖ ਜੀਵਨ ਚਾਚ ਦੇ ਵਿੱਚ ਆ ਗਏ ਔਰ ਉਹ ਜੀਵਨ ਇੰਨਾ ਬਦਲ ਗਿਆ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਕਿ ਸੌਦਾ ਇਕਤ ਹਟ ਹੈ ਸ਼ਹ ਸਤਗੁਰੂ ਸੂਰਾ ਗੁਰੂ ਪਾਤਸ਼ਾਹ ਨੇ ਔਗਣ ਬਖਸ਼ ਕੇ ਝੋਲੀ ਦੇ ਵਿੱਚ ਗੁਰਸਿੱਖੀ ਜੀਵਨ ਜਿਹੜਾ ਸੀ ਉਹ ਪਾ ਦਿੱਤਾ ਇਸੇ ਹੀ ਲੜੀ ਦੇ ਵਿੱਚ ਅੱਜ ਸਾਡੇ ਨਾਲ ਜਰਮਨ ਸਥਿਤ ਫ੍ਰੈਂਕਫਰਟ ਸਟੂਡੀਓ ਦੇ ਵਿੱਚ ਬੈਠੇ ਹੋਏ ਨੇ ਸਰਦਾਰ ਬੂਟਾ ਸਿੰਘ ਜੀ ਸਟੂਡੀਓ ਵਿੱਚ ਆਉਣ ਦਾ ਬਹੁਤ-ਬਹੁਤ ਧੰਨਵਾਦ ਆਓ ਦਰਸ਼ਕਾਂ ਦੇ ਨਾਲ ਫਤਿਹ ਸਾਂਝੀ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਬੂਟਾ ਸਿੰਘ ਜੀ ਜਿਹੜੇ ਅੱਜ ਸਾਡੇ ਨਾਲ ਬੈਠੇ ਨੇ ਜੂਨ 84 ਤੋਂ ਪਹਿਲਾਂ ਦੀ ਤੇ ਅੱਜ ਦੀ ਜ਼ਿੰਦਗੀ ਦੇ ਵਿੱਚ ਕੋਹਾਂ ਦਾ ਅੰਤਰ ਕੋਹਾਂ ਦਾ ਬਦਲਾ ਵਿਚਾਰ ਧਾਰਕ ਤੌਰ ਤੇ ਕੋਹਾਂ ਦੀ ਤਬਦੀਲੀ ਕਹਿ ਸਕਦੇ ਆ ਉਹ ਜੀਵਨ ਕੁਝ ਹੋਰ ਸੀ ਇਹ ਜੀਵਨ ਕੁਝ ਹੋਰ ਹੈ ਲੋਹੇ ਤੋਂ ਪਾਰਸ ਬਣ ਦੀ ਜਿਹੜੀ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਸੀ ਸੋਨਾ ਬਣਦੀ ਉਹ ਸ਼ਾਇਦ ਗੁਰੂ ਦੀ ਕਲਾ ਵਰਤੀ ਪਾਣਾ ਕੋਈ ਵੀ ਵਾਪਰਿਆ ਵਿਦ ਕੋਈ ਵੀ ਬਣੀ ਉਹਨਾਂ ਦੇ ਨਾਲ ਵਿਚਾਰੇ ਸਾਂਝੇ ਕਰਾਂਗੇ ਕਿ ਜੂਨ 84 ਤੋਂ ਬਾਅਦ ਤੇ ਪਹਿਲਾ ਦੇ ਜੀਵਨ ਦੇ ਵਿੱਚ ਬਦਲਾ ਕਿਹੜੇ ਕਿਹੜੇ ਪੜਾਵਾਂ ਦੇ ਵਿੱਚੋਂ ਦੀ ਲੰਘੇ ਕਿਸ ਤਰ੍ਹਾਂ ਜੀਵਨ ਦੇ ਵਿੱਚ ਬਦਲਾ ਆਇਆ ਕਿਹੜੇ ਕਿਹੜੇ ਦੇਹਧਾਰੀ ਗੁਰੂਆਂ ਨੂੰ ਦੇਹਧਾਰੀ ਡੇਰੀਆਂ ਨੂੰ ਜਾਂ ਫਿਰ ਰੱਬ ਦਾ ਰਾਹ ਦੱਸਣ ਵਾਲੇ ਲੋਕਾਂ ਦੇ ਚੇਲੇ ਪੜਨਾ ਪਿਆ ਤੇ ਅਖੀਰ ਜਾ ਕੇ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕਿਸ ਤਰ੍ਹਾਂ ਟਿਕਾਣਾ ਹੋਇਆ ਤੇ ਕਿਸ ਤਰ੍ਹਾਂ ਦਾ ਆਨੰਦ ਜਿਹੜਾ ਮਹਿਸੂਸ ਹੋਇਆ ਸਰਦਾਰ ਬੂਟਾ ਸਿੰਘ ਜੀ ਪਹਿਲਾਂ ਤਾਂ ਆਪਣੇ ਪਿਛੋਕੜ ਦੇ ਬਾਰੇ ਦੱਸੋ ਕਿਸ ਪਿੰਡ ਦੇ ਨਾਲ ਸੰਬੰਧ ਕਿੱਥੋਂ ਤੱਕ ਵਿੱਦਿਆ ਹਾਸਲ ਕੀਤੀ ਤੇ ਵਿਦੇਸ਼ ਆਉਣ ਦਾ ਸੁਭਾਅ ਕਿਸ ਤਰ੍ਹਾਂ ਪ੍ਰਾਪਤ ਹੋਇਆ ਸਾਡਾ ਪਿੰਡ ਸੰਨਵਾ ਬੰਗਿਆਂ ਦੇ ਲੱਗ ਗਿਆ ਤੇ ਮਾਤਾ ਪਿਤਾ ਨੇ ਚੰਗੀ ਸਿੱਖਿਆ ਦਿੱਤੀ ਕਾਲਜ ਤੱਕ ਪੜ੍ਹਾਈ ਕੀਤੀ 12ਵੀਂ ਦੇ ਵਿੱਚੋਂ ਮੈਂ ਕੋਈ ਦਿਨ ਸਟ੍ਰਾਈਕਾਂ ਕਰਕੇ ਫੇਲ ਹੋ ਗਿਆ ਤੇ ਬਾਅਦ ਵਿੱਚ ਬਾਹਰ ਹੋਣ ਦਾ ਮੌਕਾ ਮਿਲ ਗਿਆ ਪਹਿਲਾ ਹਾਲੈਂਡ ਆਇਆ ਉਸ ਤੋਂ ਬਾਅਦ ਜਰਮਨ ਪਹੁੰਚ ਗਿਆ ਜਰਮਨ ਦੇ ਵਿੱਚ ਚੰਗੇ ਵੀਰਾਂ ਦਾ ਸਾਥ ਮਿਲਦਾ ਰਿਹਾ ਸੰਗਤ ਚੰਗੀ ਬਣਦੀ ਰਹੀ ਤੇ ਉਹਦਾ ਹੀ ਸਦਕਾ ਮਤਲਬ ਹੌਲੀ-ਹੌਲੀ ਫਿਰ ਮਤਲਬ ਜੀਵਨ ਇੱਥੇ ਤੱਕ ਪਹੁੰਚ ਗਿਆ ਜਦੋਂ ਜਰਮਨ ਦੇ ਵਿੱਚ ਆਏ ਉਦੋਂ ਤੁਸੀਂ ਸਿੱਖੀ ਰੂਪ ਦੇ ਵਿੱਚ ਸੀ ਨਹੀਂ ਉਦੋਂ ਸਿੱਖ ਸਿੱਖੀ ਸਰੂਪ ਦੇ ਵਿੱਚ ਨਹੀਂ ਸੀਗੇ ਘਰ ਸਿੱਖੀ ਸਰੂਪ ਸੀਗੇ ਦਿੱਲੀ ਆ ਕੇ ਕੇਸ ਕਤਲ ਕਰਾਉਣੇ ਪੈ ਗਏ ਵਿਦੇਸ਼ ਆਉਣ ਦੀ ਦੌੜ ਦੇ ਵਿੱਚ ਜਿਸ ਤਰ੍ਹਾਂ ਨੌਜਵਾਨ ਕੇਸ ਕਤਲ ਕਰਾ ਕੇ ਉਸਰੇ ਨਿਕਲ ਰਹੇ ਸੀ ਤੁਸੀਂ ਵੀ ਵਿਦੇਸ਼ ਆਉਣ ਦੀ ਦੌੜ ਦੇ ਵਿੱਚ ਹਾਂਜੀ ਹਾਂਜੀ ਕੇਸ ਜਿਹੜੇ ਸੀ ਉਹ ਕਤਲ ਕਰਾ ਕੇ ਹਾਂਜੀ ਹਾਂਜੀ ਭਾਰਤ ਦੀ ਧਰਤੀ ਤੋਂ ਉੱਡੇ ਤੇ ਵਿਦੇਸ਼ ਚ ਆ ਕੇ ਪਾਰ ਟਿਕਾਇਆ ਹਾਂਜੀ ਤੇ ਇੱਥੇ ਆ ਕੇ ਵੀ ਕੇਸ ਕਤਲ ਹੀ ਰੱਖੇਗੇ ਪਾਰ ਤੇ ਸੰਗਤ ਮਤਲਬ ਸੋਝੀ ਵੀ ਉਸ ਤਰ੍ਹਾਂ ਨਹੀਂ ਸੀਗੀ ਮਨ ਦੇ ਵਿੱਚ ਖਿਚਸੀ ਥੋੜੀ-ਬਹੁਤ ਪਰ ਕੁਛ ਇੰਨੀ ਸੋਜੀ ਨਹੀਂ ਸੀਗੀ ਤੇ ਸੰਗਤ ਵੀ ਮੋਹਰੇ ਉਦਾਂ ਦੀ ਮਿਲੀ ਤੇ ਇਸ ਕਰਕੇ ਕੇਸ ਕਤਲੇ ਰੱਖੇ ਅਕਸਰ ਕਿਹਾ ਜਾਂਦਾ ਹੈ ਜਦੋਂ ਬੰਦਾ ਕੇਸ ਕਤਲ ਕਰਾਉਂਦਾ ਸਿੱਖੀ ਤੋਂ ਦੂਰ ਜਾਂਦਾ ਹੈ ਤਾਂ ਹੋਰ ਵੀ ਕਈ ਅਲਾਮਤਾਂ ਆ ਕੇ ਘੇਰ ਲੈਂਦੀਆਂ ਨੇ ਜਿਨ੍ਹਾਂ 'ਚ ਨਸ਼ੇ ਵੀ ਹੁੰਦੇ ਨੇ ਤੇ ਸਮਾਜ ਦੀਆਂ ਹੋਰ ਭੈੜੀਆਂ ਅਲਾਮਤਾਂ ਵੀ ਹੁੰਦੀਆਂ ਨੇ ਕਿਹੜੀਆਂ-ਕਿਹੜੀਆਂ ਅਲਾਮਤਾਂ ਦੇ ਸਮੁੰਦਰ 'ਚ ਡੁੱਬਣਾ ਪਿਆ ਅ ਨਸ਼ੇ ਦਾ ਪਰਹੇਜ ਹੀ ਰਿਹਾ ਕਿਉਂਕਿ ਘਰ ਤੋਂ ਮਤਲਬ ਥੋੜੀ-ਬਹੁਤ ਪ੍ਰੇਰਨਾ ਸੀਗੀ ਤੇ ਕੁਝ ਮਹਾਰਾਜ ਦੀ ਕਿਰਪਾ ਕਹਿ ਸਕਦੇ ਆ ਤੇ ਨਸ਼ੇ ਤੋਂ ਮਤਲਬ ਇੰਨਾ ਨਹੀਂ ਸੀਗਾ ਸੰਗਤ ਥੋੜੀ ਬਹੁਤ ਕੰਪਨੀ ਜਿੱਦਾਂ ਕਰਨੀ ਇੱਕ ਅੱਧਾ ਪੈਗ ਵਗੈਰਾ ਲੱਗ ਜਾਂਦਾ ਸੀ ਤੇ ਪਰ ਹੌਲੀ ਹੌਲੀ ਮਨ ਬਦਲਦਾ ਫਿਰ 90 ਦੇ ਵਿੱਚ ਫਿਰ ਮੈਂ ਬਿਲਕੁਲ 99 ਦੀ ਮਤਲਬ ਉਸ ਸਮੇਂ ਦੋਸਤਾਂ ਚ ਬੈਠ ਕੇ ਨਸ਼ਾ ਕਿਤੇ ਨਾ ਕਿਤੇ ਵਰਤੋਂ ਕੀਤੀ ਜਾਂਦੀ ਸੀ ਉਦੋਂ ਤੁਹਾਡਾ ਕਾਰੋਬਾਰ ਕੀ ਸੀ ਕੀ ਕਰਦੇ ਸੀ ਉਦੋਂ ਮੈਂ ਆ ਕੇ ਪਹਿਲਾਂ ਸਕੂਲ ਲੇ ਗਿਆ ਜੀ ਪੜਾਈ ਪੜ੍ਹਾਈ ਜਰਮਨ ਸਿੱਖੀ 3 ਮਹੀਨੇ ਉਦੋਂ ਬਾਅਦ ਫਿਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਇੱਕ ਫੈਕਟਰੀ ਮੀਟ ਦੀ ਸੀਗੀ ਉਹਦੇ ਵਿੱਚ ਮਤਲਬ ਮਤਲਬ ਪੈਕਿੰਗ ਵਗੈਰਾ ਮੀਟ ਇੱਧਰ ਉੱਧਰ ਭੇਜਣਾ ਉਹਦੇ ਵਿੱਚ ਕੰਮ ਕਰਦਾ ਰਿਹਾ ਨਾਲ ਨਾਲ ਪੜ੍ਹਾਈ ਰੱਖੀ ਫਿਰ ਮੈਂ ਆਪਣੇ ਜਾਰੇ ਉਦੋਂ ਬਾਅਦ ਫਿਰ ਮਨ ਮਤਲਬ ਹਟ ਗਿਆ ਉਧਰੋਂ ਚੇਂਜ ਹੋ ਗਿਆ ਮਤਲਬ ਉਸ ਤੋਂ ਬਾਅਦ ਫਿਰ ਸਾਡੇ ਪ੍ਰਕਾਸ਼ ਭਾਜੀ ਦੋਸਤ ਤੇ ਸਾਡੇ ਉਹਨਾਂ ਦੇ ਨਾਲ ਮਿਲਨ ਹੋ ਗਿਆ ਉਹ ਪਿੱਛੋਂ ਦੇਰਾ ਦੂਨ ਤੋਂ ਆ ਤੇ ਉਹਨਾਂ ਦੇ ਨਾਲ ਮਲਾਪ ਹੋਇਆ ਉਦੋਂ ਬਾਅਦ ਫਿਰ ਉਹਨਾਂ ਦੀ ਸੰਗਤ ਦੇ ਨਾਲ ਪੰਗੜੇ ਦੀ ਟੀਮ ਇੱਥੇ ਸੀਗੀ ਸਾਡੇ ਜਰਮਨ ਦੇ ਵਿੱਚ ਜਦੋਂ ਪੰਗੜੇ ਦੀ ਟੀਮ ਬਣਾਈ ਉਦੋਂ ਸਿੱਖ ਨੌਜਵਾਨਾਂ ਦੀ ਪੰਗੜੇ ਦੀ ਟੀਮ ਸੀ ਜਾਂ ਪਤਿਤ ਨੌਜਵਾਨ ਨਹੀਂ ਪਤਿਤ ਸੀਗੇ ਹਾਂਜੀ ਜੀ ਤੇ ਇਹ ਸਾਰਾ ਮਤਲਬ 82 81 82 83 ਤੱਕ ਚੱਲਦਾ ਰਿਹਾ ਮਤਲਬ ਉਦੋਂ ਬਾਅਦ ਫਿਰ ਪੰਗੜੇ ਦੀ ਟੀਮ ਤੋਂ ਬਾਅਦ ਫਿਰ ਹੌਲੀ-ਹੌਲੀ ਚੇਂਜ ਹੋ ਗਿਆ ਮਨ ਤੇ ਫਿਰ ਸਿੱਖੀ ਸਰੂਪ ਚਾਹ ਰਿਹਾ ਹੈ ਕਾਰਨ ਕੀ ਬਣਿਆ ਕਾਰਨ ਮਨ ਚ ਭੁੱਖ ਸੀਗੀ ਮਤਲਬ ਅਕਾਲਪੁਰਖ ਨੂੰ ਮਿਲਣ ਦੀ ਤੇ ਉਹ ਜਦੋਂ ਫਿਟਨੈਸ ਸਟੂਡੀਓ ਚ ਕੰਮ ਕਰਨ ਲੱਗਾ ਇੱਕਦਮ ਇੰਜ ਤਾਂ ਹੋ ਨਹੀਂ ਸਕਦਾ ਕਿ ਭੰਗੜਾ ਪਾਉਂਦੇ ਨੌਜਵਾਨ ਦੇ ਮਨ ਦੇ ਚ ਅਕਾਲਪੁਰਖ ਨੂੰ ਮਿਲਦੀ ਭੁੱਖ ਜਾਗ ਪਵੇ ਕੋਈ ਕਾਰਨ ਹਾਂਜੀ ਹਾਂਜੀ ਕਾਰਨ ਕਿਸੇ ਸਿੱਖ ਦਾ ਜੀਵਨ ਵੇਖਿਆ ਸਿੱਖ ਦਾ ਜੀਵਨ ਉਸ ਟਾਈਮ ਤੇ ਤੇ ਕਿਸੇ ਨੂੰ ਮਤਲਬ ਕੋਈ ਮਲਾਪ ਨਹੀਂ ਹੋਇਆ ਮਨ 'ਚ ਸਿਰਫ ਇੰਨੀ ਸੀ ਕਿ ਅਕਾਲਪੁਰਖ ਨੂੰ ਮਿਲਣ ਦੀ ਤਾਂ ਜ਼ਰੂਰ ਸੀ ਜਦੋਂ ਤੁਸੀਂ 83 ਦੇ ਵਿੱਚ ਇੱਥੇ ਭੰਗੜਾ ਪਾ ਰਹੇ ਸੀ ਉਦੋਂ ਪੰਜਾਬ ਦੀ ਜਿਹੜੀ ਨੌਜਵਾਨੀ ਸੰਘਰਸ਼ ਦੇ ਵਾਸਤੇ ਹਥਿਆਰਬੰਦ ਸੰਘਰਸ਼ ਦੇ ਰਾਤ ਤੁਰ ਰਹੀ ਸੀ ਕਿ ਉਸ ਸਮੇਂ ਪੰਜਾਬ ਤੋਂ ਆਉਂਦੀਆਂ ਖਬਰਾਂ ਦਾ ਮਨ ਤੇ ਕੋਈ ਪ੍ਰਭਾਵ ਸੀ ਦੁੱਖ ਹੁੰਦਾ ਹੁੰਦਾ ਸੀ ਕਿ ਚਲੋ ਪਿਆਰ ਛੱਡ ਕੇ ਰਸਤਾ ਕਿਉਂ ਦੂਸਰਾ ਬਣਾਇਆ ਜਾ ਰਿਹਾ ਤੇ ਮਤਲਬ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਮਨ ਤੇ ਦੁੱਖ ਹੁੰਦਾ ਸੀਗਾ ਕਾਰਨਾ ਦੀ ਕਦੀ ਕੋਕ ਨਹੀਂ ਸੀ ਕੀਤੀ ਕਿ ਕੋਈ ਵੀ ਪਰਿਵਾਰ ਨਹੀਂ ਚਾਹੁੰਦਾ ਕਿ ਮੇਰਾ ਬੱਚਾ ਹਸਤਾ ਖੇੜਦਾ ਘਰੋਂ ਜਾਵੇ ਤੇ ਝੂਠੇ ਪੁਲਿਸ ਮੁਕਾਬਲੇ ਚ ਮੌਤ ਤੋਂ ਬਾਅਦ ਉਸਦੀ লাশ ਘਰ ਆ ਜਾਵੇ ਹਾਂਜੀ ਹਾਂਜੀ ਸੁਣਦੇ ਹੁੰਦੇ ਖਬਰਾਂ ਮਤਲਬ ਦੁੱਖ ਉਸ ਚੀਜ਼ ਦਾ ਬਹੁਤ ਹੁੰਦਾ ਸੀਗਾ ਉਸ ਦੁੱਖ ਤੋਂ ਬਾਅਦ ਉਸ ਦੁੱਖ ਤੋਂ ਬਾਅਦ ਫਿਰ ਮਤਲਬ ਹੌਲੀ ਹੌਲੀ ਮਨ ਜਿੱਦਾਂ ਚੇਂਜ ਹੋਣਾ ਸ਼ੁਰੂ ਹੋ ਗਿਆ ਫਿਰ ਰਾਜਾ ਸਵਾਮੀ ਦੇ ਨਾਮ ਲਿਆ ਮਤਲਬ ਰੱਬ ਨੂੰ ਮਿਲਣ ਲਈ ਜਿਆਦਾ ਤਾਂਗ ਸੀਗੀ ਪੇ ਪਰਮਾਤਮਾ ਤਾਂ ਰੱਬ ਨੂੰ ਮਿਲਦੀ ਸੀ ਜਾਂ ਸਿੱਖੀ ਦੀ ਤਾਂਗ ਸੀ ਅ ਰੱਬ ਨੂੰ ਮਿਲਣ ਦੀ ਜਿਆਦਾ ਸੀ ਪਹਿਲਾਂ ਕਿਹੜਾ ਰਾਹ ਪਹਿਲਾਂ ਚੁਣਿਆ ਰੱਬ ਨੂੰ ਪਹਿਲਾਂ ਰਾਧਾ ਸਵਾਮੀਆ ਸੰਗਤ ਗੋਰਿਆਂ ਦੀ ਸੀਗੀ ਇੱਥੇ ਗੋਰਿਆਂ ਨਾਲ ਕਿੰਨਾ ਚਿਰ ਰਾਧਾ ਸਵਾਮੀਆ ਦੇ ਡੇਰੇ ਚ ਗਏ ਰਾਧਾ ਸਵਾਮੀਆ ਦੇ ਇੱਥੇ ਮਤਲਬ ਕਲੋਨ ਦੇ ਵਿੱਚ ਗੋਰਿਆਂ ਦੀ ਗੋਰਿਆਂ ਦਾ ਸੀਗਾ ਇੱਥੇ ਕਿਸ ਤਰ੍ਹਾਂ ਦੇ ਜਿਹੜੇ ਰਾਧਾ ਸਵਾਮੀ ਕੋਰੇ ਨੇ ਹਾਂਜੀ ਹਾਂਜੀ ਉਹਨਾਂ ਦਾ ਨੈਤਿਕ ਜੀਵਨ ਚੱਜ ਆਚਾਰ ਨਸ਼ੇ ਤੋਂ ਰਹਿਤ ਉੱਚਾ ਸੁੱਚਾ ਵੇਖਿਆ ਤੁਸੀਂ ਠੀਕ ਸੀਗਾ ਮਤਲਬ ਉਹਦਾ ਮਤਲਬ ਬਹੁਤਾ ਫਰਕ ਨਹੀਂ ਕਿਉਂ ਮੈਂ ਕਿਸੇ ਹੋਰ ਚੀਜ਼ ਦੀ ਭਾਲ ਸੀਗਾ ਮੈਂ ਮਤਲਬ ਜਿਆਦਾ ਪਰਮਾਤਮਾ ਨੂੰ ਮਿਲਣ ਲਈ ਤਾੰਗ ਸੀ ਕਿ ਉਧਰ ਨੂੰ ਪਰ ਕਾਲਪੁਰ ਨੇ ਕਿੱਧਰ ਨੂੰ ਲਿਆਉਣਾ ਮੋੜ ਕੇ ਕਿੱਦਾਂ ਲਿਆਉਣਾ ਇਹ ਤਾਂ ਉਹਦਾ ਹੱਥ ਹੈ ਤੁਹਾਨੂੰ ਕੀ ਮਹਿਸੂਸ ਹੋਇਆ ਡੇਰੇ ਦੇ ਵਿੱਚ ਜਾ ਕੇ ਕਿ ਰੱਬ ਨਾਲ ਮਲਾਪ ਦਾ ਸਾਧਨ ਇਹ ਡੇਰਾ ਹੋ ਸਕਦਾ ਅ ਉਸ ਟਾਈਮ ਤੇ ਮੈਂ ਜਦੋਂ ਸਿਮਰਨ ਕਰਦਾ ਹੁੰਦਾ ਤਾਂ ਮੇਰੇ ਧੌਣ ਸਾਈਡ ਤੋਂ ਔਕੜ ਜਾਣੇ ਜਿਆਦਾ ਮਤਲਬ ਕੋਈ ਆਨੰਦ ਜਨ ਮਿਲਦਾ ਨਹੀਂ ਸੀ ਇਹ ਸਰੀਰਕ ਦੁੱਖ ਸੀ ਸਰੀਰਕ ਦੁੱਖ ਸੀਗਾ ਮੇਰਾ ਕਹਿਣ ਤੋਂ ਇਹ ਭਾਵ ਸੀ ਕਿ ਜਦੋਂ ਤੁਸੀਂ ਡੇਰੇ ਦੇ ਵਿੱਚ ਗਏ ਤੇ ਸੰਗਤ ਨੂੰ ਵੇਖ ਕੇ ਕੀ ਪ੍ਰਭਾਵ ਲਿਆ ਕਿ ਰੱਬ ਨੂੰ ਮਲਾਪ ਦਾ ਸਾਧਨ ਹੈ ਉਹ ਉਸ ਟੈਂਪ ਤੇ ਮਨ ਇਹ ਕਰਦਾ ਪਿਓ ਹੋ ਸਕਦਾ ਮਤਲਬ ਦੇਖੋ ਲੱਭੋ ਟਰਾਈ ਕਰੋ ਤੁਸੀਂ ਵੀ ਕੋਸ਼ਿਸ਼ ਕਰੋ ਜੇ ਬਾਕੀ ਦੇ ਲੱਗੇ ਉੱਤੇ ਤੁਸੀਂ ਵੀ ਲੱਗੋ ਕਿਸ ਤਰ੍ਹਾਂ ਧ੍ਰਿੜਤਾ ਦੇ ਨਾਲ ਨਹੀਂ ਸਿਕਿਆ ਜਾਸ ਧ੍ਰਿੜਤਾ ਦੇ ਨਾਲ ਨਹੀਂ ਸਿਕਿਆ ਕਿੰਨੇ ਚਿਰ ਬਾਅਦ ਤੁਹਾਨੂੰ ਨਾਮ ਦਿੱਤਾ ਗਿਆ ਨਾਮ ਤੇ ਉਹਦੇ ਇੱਕ ਦੋ ਵਾਰੀ ਜਾਣ ਦੇ ਨਾਲ ਹੀ ਉਹਦੇ ਮਤਲਬ ਪਹਿਲੀ ਕੁ ਦੂਸਰੀ ਵਾਰੀ ਦੇ ਦਿੱਤਾ ਸੀ ਨਾਮ ਨਾਮ ਕਿਸ ਨੇ ਦਿੱਤਾ ਨਾਮ ਗੋਰੀ ਸੀ ਗੋਰੀ ਸੀ ਕੋਈ ਮਤਲਬ ਉਹਨੇ ਮਤਲਬ ਨਾਮ ਦੱਸੇ ਸੀ ਕਿ ਇਹ ਨਾਮ ਜਪੋ ਕਿਹੜਾ ਨਾਮ ਦਿੱਤਾ ਗਿਆ ਤੁਹਾਨੂੰ ਓੰਕਾਰ ਰਾਰ ਓੰਕਾਰ ਜੋਤ ਨਰੰਜਨ ਤੇ ਸੋਹੰ ਦਾ ਨਾਮ ਹੁੰਦੀ ਹੈ ਜੀ ਨਾਮ ਦੇ ਅਰਥ ਦੱਸੇਗੇ ਕੀ ਨੇ ਨਹੀਂ ਇਸ ਤਰ੍ਹਾਂ ਦਾ ਕੋਈ ਨਹੀਂ ਦੱਸੇਗਾ ਨਾਮ ਦੇ ਅਰਥ ਨਹੀਂ ਦੱਸੇਗੇ ਤੇ ਕਿਸ ਤਰ੍ਹਾਂ ਅਸੀਂ ਸੋਚਦੇ ਸੀ ਕਿ ਉਹ ਨਾਮ ਜਪਣ ਦੇ ਨਾਲ ਪ੍ਰਭਾਤਮਾ ਦਾ ਮਲਾਪ ਹੋ ਸਕਦਾ ਸਾਨੂੰ ਪਤਾ ਹੀ ਨਹੀਂ ਅਸੀਂ ਕੀ ਕਹਿ ਰਹੇ ਹਾਂ ਜੀ ਕਿੰਨਾ ਚਿਰ ਉਸ ਨਾਮ ਨੂੰ ਜਪਦੇ ਰਹੇ ਦੋ ਤਿੰਨ ਮਹੀਨੇ ਟਰਾਈ ਕੀਤੀ ਚਾਰ ਮਹੀਨੇ ਵੀ ਹੋ ਸਕਦੇ ਆ ਵੱਧ ਤੋਂ ਵੱਧ 5-6 ਮਹੀਨੇ ਹੋ ਸਕਦੇ ਆ ਉਸੇ ਤਰ੍ਹਾਂ ਆਲਤੀ ਪਾਲਤੀ ਆਸਣ 'ਚ ਬੈਠ ਕੇ ਹਾਂਜੀ ਸਵੇਰੇ ਉੱਠ ਕੇ ਸਿਰ ਮੂਹ ਟੱਕ ਕੇ ਨਹੀਂ ਕਿਵੇਂ ਕਰਦੇ ਸੀ ਤੁਸੀਂ ਉੱਤਰੇ ਬੈਠ ਕੇ ਮੈਂ ਤਾਂ ਕਰਦਾ ਹੀ ਪਰ ਕੰਨਾਂ ਦੇ ਮਤਲਬ ਮਨ ਲੱਗਦਾ ਇਹ ਨਹੀਂ ਜਦੋਂ ਪਹਿਲੇ ਦਿਨ ਤੋਂ ਲਿਆ ਤੇ ਮਨ ਨੂੰ ਮਤਲਬ ਜਿੱਦਾਂ ਕੋਈ ਕੁਦਰਤ ਨੇ ਜਿੱਦਾਂ ਲੀਲਾ ਕੋਈ ਹੋਰ ਚਾਉਣ ਅਕਸਰ ਜਿਸ ਤਰ੍ਹਾਂ ਰਾਧਾ ਸਵਾਮੀ ਵੀਰ ਕਹਿੰਦੇ ਨੇ ਕਿ ਉਹ ਜਪਣ ਦੇ ਨਾਲ ਅਨਹਦ ਨਾਦ ਹੁੰਦਾ ਹੈ ਅਮਰਤ ਡਿੱਗਦਾ ਹੈ ਅਮਰਤ ਦੀਆਂ ਝੜੀਆਂ ਲੱਗ ਜਾਂਦੀਆਂ ਨੇ ਤਾਂ ਤੁਸੀਂ ਉਹ ਨਾਮ ਜਪਿਆ ਔਰ ਬੜਾ ਸਮਾਂ ਉਸ ਦੀ ਪ੍ਰੈਕਟਿਸ ਕੀਤੀ ਹੈ ਕੀ ਮਹਿਸੂਸ ਹੋਇਆ ਮਤਲਬ ਮੈਨੂੰ ਤੇ ਕੁਝ ਨਹੀਂ ਸੀ ਕਿਉਂਕਿ ਇਸ ਤਰ੍ਹਾਂ ਲੱਗਦਾ ਹੈ ਕਿ ਤੁਸੀਂ ਇੱਥੇ ਬੈਠੇ ਹੋ ਤੇ ਕੋਈ ਮਤਲਬ ਉਹ ਮਤਲਬ ਸਰੀਰ ਚ ਖੁੱਲਦਾ ਹੀ ਨਹੀਂ ਸੀ ਮਤਲਬ ਕੋਈ ਅਨਹਦ ਨਾਦ ਵਗੈਰਾ ਤੇ ਕੋਈ ਉੱਥੇ ਤੱਕ ਤੇ ਪਹੁੰਚਦੇ ਨਹੀਂ ਸੀ ਫਿਰ ਸਿਰਫ ਇੱਕ ਰਟਨ ਸੀ ਰਟਣੇ ਇੱਕ ਕਿਸਮ ਦਾ ਲੱਗਦਾ ਸੀ ਉਹਨਾਂ ਸਮਾਂ ਆਕੜ ਜਾਣਾ ਮੈਂ ਬੋਰਾ ਹਾਲ ਕਿਸੇ ਖਾਸ ਅਵਸਥਾ ਚ ਬੈਠਣਾ ਪੈਂਦਾ ਸੀ ਸਿੱਧੇ ਬੈਠਦੇ ਸੀ ਜਿੰਦਾਂ ਚੌਂਕੜੀ ਮਾਰ ਕੇ ਸਧਾਰਨ ਕੋਈ ਕੰਨਾਂ ਦੇ ਉੱਪਰ ਉਂਗਲਾਂ ਜਾਂ ਨੱਕ ਦੇ ਉੱਪਰ ਉਂਗਲੇ ਬਿਠਾਏ ਜਾਂ ਅੱਖਾਂ ਦੇ ਉੱਪਰ ਉਂਗਲਾ ਰੱਖਣੀ ਨਹੀਂ ਇਦਾਂ ਦੀ ਕੋਈ ਗੱਲ ਕਿਵੇਂ ਦਾ ਕੋਈ ਆਸਣ ਨਹੀਂ ਸੀ ਹਾਂਜੀ ਹਾਂਜੀ ਕਿੰਨਾ ਚਿਰ ਇਸ ਨਾਮ ਦਾ ਅਭਿਆਸ ਤੁਸੀਂ ਕਰਦੇ ਰਹੇ ਮਤਲਬ 6 ਮਹੀਨੇ ਦੇ ਵਿੱਚ ਵਿੱਚ ਮੈਂ ਮਤਲਬ ਛੱਡ ਕੇ ਫਿਰ ਫਿਰ ਤੁਸੀਂ ਕਿਹੇ ਪਾਸੇ ਗਏ ਫਿਰ ਰੱਬ ਦਾ ਕਿਹੜਾ ਰਾਹ ਚੁਣਿਆ ਫਿਰ ਸੰਗਤ ਕਿਉਂਕਿ ਮੈਂ ਗੋਰਿਆਂ ਦੀ ਜ਼ਿਆਦਾ ਸੀ ਕਿ ਗੋਰਿਆਂ ਦੇ ਸੰਗਤ ਦੇ ਨਾਲ ਫਿਰ ਰਜਨੀਸ਼ ਤੇ ਜਾਂਦੇ ਸੀ ਇੱਕ ਦੋ ਜਾਣ ਪਛਾਣ ਵਾਲੇ ਫਿਰ ਉਹ ਰਜਨੀਸ਼ ਤੇ ਲੈ ਗਿਆ ਮੈਨੂੰ ਫਿਰ ਰਾਧਾ ਸਾਮੀਆਂ ਦੇ ਨਾਮ ਨੂੰ ਅਸਤੀਫਾ ਦੇ ਕੇ ਤੁਸੀਂ ਰਜਨੀਸ਼ ਦੇ ਚੱਲੇ ਬਣ ਗਏ ਉੱਥੇ ਕਿਵੇਂ ਦਾ ਆਨੰਦ ਮਹਿਸੂਸ ਹੋਇਆ ਰਜਨੀਸ਼ ਦੇ ਜਾ ਕੇ ਫਿਰ ਮਤਲਬ ਮੈਡੀਟੇਸ਼ਨ ਇੱਕ ਦੋ ਕਰਵਾਈਆਂ ਉਹਨੇ ਫਿਰ ਇੱਕ ਅਖੀਰ ਤੇ ਜਿਹੜੀ ਤੀਸਰੀ ਵਾਰੀ ਮੈਡੀਟੇਸ਼ਨ ਕੀਤੀ ਉਦੋਂ 30 ਕ ਬੰਦੇ ਸੀ ਅੱਧਾ ਥੱਲੇ ਲੰਮੇ ਪਾ ਕੇ ਤੇ ਉਹ ਸਵਾਸ ਦੇ ਨਾਲ ਨਾ ਮੈਡੀਟੇਸ਼ਨ ਕਰਦੇ ਸੀ ਸਵਾਸ ਨਾਲ ਜਪਣਾ ਸੀਗਾ ਗਲੇ ਦੇ ਵਿੱਚੋਂ ਸਾਹਸ ਲੈ ਕੇ ਤੇ ਉਹ ਜਪਦੇ ਜਾਂਦੇ ਮਤਲਬ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਮੈਂ ਮਤਲਬ ਥੱਲੇੋਂ ਧਰਤੀ ਤੋਂ ਮੈਂ ਉੱਠ ਕੇ ਮਤਲਬ ਆਪਣੇ ਆਪ ਨੂੰ ਬਿਲਕੁਲ ਇਸ ਤਰ੍ਹਾਂ ਉੜਿਆ ਉੜਿਆ ਜਾਂਦਾ ਲੱਗਦਾ ਸੀਗਾ ਮੈਨੂੰ ਫੇ ਉਸ ਟਾਈਮ ਤੇ ਫਿਰ ਮੈਨੂੰ ਪੱਤਾ ਸੋਜੀ ਹੋਈ ਫੇ ਲੇਟਣ ਤੋਂ ਬਾਅਦ ਇਸ ਸ਼ਾਬਾਸ਼ ਸੰਦੇ ਵਿੱਚ ਗਲੇ ਦੇ ਵਿੱਚ ਕਿਸ ਨਾਮ ਨੂੰ ਉਚਾਰਿਆ ਜਾਂਦਾ ਸੀ ਉਹ ਸਿਰਫ ਦੱਸਦੇ ਪੇ ਹਵਾ ਖਿੱਚਣੀ ਤੇ ਛੱਡਣੀ ਹੋਰ ਕੁਝ ਨਹੀਂ ਕਰਦੇ ਪਰਮਾਤਮਾ ਦਾ ਨਾਮ ਕੋਈ ਨਹੀਂ ਨਹੀਂ ਕੋਈ ਨਹੀਂ ਸੀ ਤੇ ਕੀ ਮਹਿਸੂਸ ਹੁੰਦਾ ਸੀ ਉਦੋਂ ਮਤਲਬ ਜਦ ਤੁਸੀਂ ਹਵਾ ਲੈਣੇ ਤੇ ਹਵਾ ਲੈਣੇ ਤੇ ਛੱਡਦੇ ਫਿਰ ਮਤਲਬ ਮੈਨੂੰ ਜ਼ਮੀਨ ਥੱਲੇੋਂ ਮਹਿਸੂਸ ਨਹੀਂ ਸੀ ਹੁੰਦੀ ਥੱਲੇ ਵੀ ਤੁਸੀਂ ਪਏ ਆ ਮਤਲਬ ਇਸ ਤਰ੍ਹਾਂ ਲੱਗਦਾ ਕਿ ਇਹ ਇੱਕ ਯੋਗ ਦਾਸਨ ਹੈ ਹਾਂਜੀ 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 ਨਾਮ ਦਾ ਇਸ ਨਾਲ ਤੁਹਾਨੂੰ ਕੀ ਸੰਬੰਧ ਮਹਿਸੂਸ ਆਇਆ ਕਿ ਇਹਦੇ ਰਾਹੀਂ ਪ੍ਰਮਾਤਮਾ ਨਾਲ ਜੁੜਿਆ ਜਾ ਸਕਦਾ ਸੀ ਉਹਦੇ ਨਾਲ ਨਹੀਂ ਪਰ ਮੈਨੂੰ ਇੰਨੀ ਸੋਝੀ ਉਸ ਟਾਈਮ ਜ਼ਰੂਰ ਹੋ ਗਈ ਪਈ ਜੇ ਮੈਂ ਆਲੇ ਦੁਆਲੇ ਭਟਕਣ ਦੀ ਬਜਾਏ ਅਨੰਦ ਸਾਹਿਬ ਦੀਆਂ ਟੋਕਾਂ ਜਿਹੜੀਆਂ ਉਹਨੀਆਂ ਸਗੀਆਂ ਗੱਲਾਂ ਮਤਲਬ ਸਾਰੀਆਂ ਸੋਝੀ ਹੋ ਗਈ ਉਸ ਬਾਣੀ ਦੀ ਇੱਕਦਮ ਫੁਰਨੇ ਫੁਰਨੇ ਸ਼ੁਰੂ ਹੋ ਗਿਆ ਪੇ ਬਾਣੀ ਕੀ ਕਹਿੰਦੀ ਸਾਨੂੰ ਉਹ ਰੇਸ਼ ਦੇ ਉਸ ਡੇਰੇ ਦੇ ਵਿੱਚ ਤੁਹਾਨੂੰ ਹੋਰ ਕੀ ਅਧਿਐਨ ਕਰਵਾਇਆ ਗਿਆ ਕੀ ਦੱਸਿਆ ਗਿਆ ਹੋਰ ਤੇ ਮੈਂ ਕੁਛ ਨਹੀਂ ਮਤਲਬ ਇੱਦਾਂ ਦੋ ਤਿੰਨ ਵਾਰੀ ਆਸਣ-ਉਸਣੇ ਕੀਤੇ ਆ ਹੋਰ ਕੋਈ ਇਦਾਂ ਦਾ ਨਹੀਂ ਪਰਮਾਤਮਾ ਦੇ ਮਿਲਪ ਦਾ ਸਾਧਨ ਕੀ ਦੱਸਿਆ ਜਾਂਦਾ ਉਸ ਡੇਰੇ ਉੱਥੇ ਕੋਈ ਨਹੀਂ ਮਤਲਬ ਇਸ ਤਰ੍ਹਾਂ ਦੱਸਿਆ ਨਹੀਂ ਪਰਮਾਤਮਾ ਦੇ ਮਿਲਣ ਦਾ ਸਿਰਫ ਉਹ ਤਾਂ ਆਸਣ ਹੀ ਕਰਾਉਂਦੇ ਆ ਜਿੰਨੇ ਕੁ ਮੈਂ ਮਤਲਬ ਜਿੰਨੀ ਕੁ ਵਾਰ ਮੈਂ ਗਿਆ ਉੱਥੇ ਆਸਣ ਕਰਨਾ ਜਾਂ ਉੱਥੇ ਖਾਣਾ ਖੂਣਾ ਖਾ ਕੇ ਵੈਜੀਟੇਰੀਅਨ ਖਾਣਾ ਮਿਲਦਾ ਰਹੇ ਉਹ ਸ਼ਕਿਆ ਹੋਣਾ ਤੇ ਜਾਂ ਐਕਸਰਸਾਈਜ਼ਾਂ ਜਾਂ ਇਸ ਆਖਰੀ ਜਿਹੜਾ ਸੀਗਾ ਸਵਾਸ ਦਾ ਆਸਣ ਸੀਗਾ ਜਿਹੜਾ ਇਸ ਤੋਂ ਬਾਅਦ ਫਿਰ ਮੈਨੂੰ ਮਤਲਬ ਇਹ ਮਹਿਸੂਸ ਹੋਇਆ ਪਈ ਅੰਮ੍ਰਿਤ ਛਕ ਲਓ ਹੋਰ ਇਹਦੇ ਵਿੱਚ ਇਸ ਤੋਂ ਬਗੈਰ ਹੋਰ ਕੋਈ ਨਹੀਂ ਹੱਲ ਹੈਗਾ ਮਤਲਬ ਜਿਹੜੀਆਂ ਬਾਣੀ ਦੀਆਂ ਟੁਕਾਂ ਸੀਗੀਆਂ ਉਹ ਜਿਹੜੀ ਮੈਨੂੰ ਬਾਣੀ ਪਹਿਲਾਂ ਨਹੀਂ ਸਮਝ ਲੱਗਦੀ ਹੁੰਦੀ ਸੀ ਉਹ ਬਾਣੀ ਉਸ ਟਾਈਮ ਤੇ ਮੈਨੂੰ ਉਹਦੇ ਅਰਥ ਮਹਿਸੂਸ ਹੋਣੇ ਇੰਚ ਪਤਾ ਲੱਗਾ ਕਿ ਸਭ ਕੁਝ ਜੋ ਕੀਤਾ ਜਾ ਰਿਹਾ ਇੱਕ ਬਾਹਰੀ ਵਿਖਾਵਾ ਹੈ ਕਿ ਨਾਮ ਅੰਮ੍ਰਿਤ ਕੋਈ ਹੋਰ ਕਰ ਲੈ ਇਹ ਪਤਾ ਲੱਗਾ ਕਿ ਜੋ ਕੁਝ ਅਸੀਂ ਜਿਹੜੀਆਂ ਡੇਰਿਆਂ 'ਚ ਘੁੰਮਦੇ ਜਾ ਰਹੇ ਹਾਂ ਹਾਂਜੀ ਹਾਂਜੀ ਇਹ ਇਨ੍ਹਾਂ ਦੇ ਵਿੱਚ ਇਨ੍ਹਾਂ ਦੇ ਆਸਣਾਂ 'ਚ ਇਨ੍ਹਾਂ ਦੇ ਨਾਮ ਦੇ ਵਿੱਚ ਬਾਣੀ ਦਾ ਆਨੰਦ ਨਹੀਂ ਨਹੀਂ ਹਾਂਜੀ ਕਿਸ ਚੀਜ਼ ਨੇ ਫਿਰ ਜ਼ਿਆਦਾ ਪ੍ਰਭਾਵਿਤ ਕੀਤਾ ਗੁਰਮਤਿ ਜੀਵਨ ਜਾਂਚ 'ਚ ਆਉਣ ਤੋਂ ਪਹਿਲਾਂ ਮਤਲਬ ਫਿਰ ਅਮਰਤ ਲਈ ਅਮਰਤ ਲਈ ਮਨ ਤੜਪਿਆ ਅਖੀਰ ਤੇ ਉਹ ਹੀ ਕਹਿੰਦਾ ਅਮਰ ਸ਼ਕਲ ਹੁਣ ਹੋਰ ਕੋਈ ਮਤਲਬ ਜੋ ਗੁਰੂਆਂ ਨੇ ਸਾਨੂੰ ਰਸਤਾ ਚੱਲਣ ਲਈ ਦੱਸਿਆ ਆ ਫਿਰ ਉਹ ਇੱਕ ਦੂਸਰ ਮਤਲਬ ਪਰੇ ਹੋ ਰਹੇ ਨੇਗਾ ਕਿਹੜੇ ਸਾਲ ਦੇ ਵਿੱਚ ਤੁਸੀਂ ਰਜਨੀਸ਼ ਤੇ ਚਲੇ ਸੀ ਇਹ ਸਤਾਸੀ 87 88 ਦੀ ਗੱਲ ਹੋਣੀ ਹੈ ਅਮਰਤੀ ਦਾ ਤੁਸੀਂ 1990 91 ਦੇ ਵਿੱਚ ਲਈ ਅ 91 ਵਿੱਚ ਵਿਆਹ ਹੋਇਆ ਉਸ ਤੋਂ ਬਾਅਦ ਉਹਦਾ ਮਤਲਬ ਰਹਿਤ ਸੀਗੇ 90 ਤੋਂ ਰਹਿਤ ਚ ਆ ਗਏ ਸੀ ਕਿ 87 ਤੋਂ ਲੈ ਕੇ 90 ਤੱਕ ਦਾ ਸਮਾਂ ਇਹ ਕਿਵੇਂ ਦੇ ਜੀਵਨ ਚ گزار ਰਹੇ ਜਨੀਸ਼ ਤੇ ਚੇਲੇ ਬਣ ਕੇ ਦੁਬਿਦਾ ਦੇ ਵਿੱਚ ਜਾਂ ਗੁਰੂ ਦੇ ਨਾਲ ਜੁੜ ਕੇ ਅ ਗੁਰੂ ਦੇ ਨਾਲ ਜੁੜ ਕੇ ਰਜਨੀਸ਼ ਦੇ ਨਾਲ ਬਸ ਉਹਨਾਂ ਚਿਰ ਹੀ ਰਿਹਾ ਜਿੰਨਾ ਚਿਰ ਸੋਜੀ ਨਹੀਂ ਹੋਈ ਜਦੋਂ ਬਾਣੀ ਦੀ ਉਹ ਸਵਾਸਾਂ ਦੀ ਸੋਜੀ ਆ ਗਈ ਫੇ ਗੁਰੂ ਸਾਡਾ ਕੀ ਕਹਿ ਰਿਹਾ ਮਤਲਬ ਉਹ ਪਿੱਛੇਸ ਪਾਸੇ ਅਸੀਂ ਜਾ ਰਹੇ ਹਾਂ ਗੁਰੂ ਦਾ ਮਾਰਗ ਨੇ ਹਾਂਜੀ ਹਾਂਜੀ ਮੈਂ ਉੱਥੋਂ ਕਦਾ ਮੁੜਿਆ ਉੱਥੋਂ ਮਤਲਬ ਉਹ ਲਾਸਟ ਸੀਗੇ ਸੈਟਿੰਗ ਜਿਹੜੀ ਉਹਨਾਂ ਦੇ ਨਾਲ ਹੋਈ ਉਸ ਤੋਂ ਬਾਅਦ ਫਿਰ ਆਪਣੇ ਗੁਰੂ ਦੇ ਬਾਣੀ ਫਿਰ ਪੜ੍ਹਨ ਲਈ ਬਾਣੀ ਪੜ੍ਹਨ ਵਿੱਚ ਵੀ ਆਨੰਦ ਹੋਣਾ ਸ਼ੁਰੂ ਹੋ ਗਿਆ ਜੂਨ 84 ਚ ਵਾਪਰੇ ਕੱਲੂ ਘਰੇ ਨੇ ਮਨ ਤੇ ਕੀ ਪ੍ਰਭਾਵ ਪਾਇਆ ਮਨ ਵਿੱਚ ਦੁੱਖ ਬੜਾ ਹੋਇਆ ਵੀ ਸਾਡੇ ਗੁਰੂ ਗੁਰੂ ਮਤਲਬ ਪਿਆਰ ਸਿਖਾਉਂਦੇ ਆ ਤੇ ਸਾਡੇ ਪਿਆਰ ਦੀ ਬਜਾਏ ਸਾਡਾ ਰਸਤਾ ਹੀ ਬਦਲ ਕੇ ਦੂਜੇ ਪਾਸੇ ਨੂੰ ਜਾ ਰਹੇ ਹਾਂ ਅਸੀਂ ਵੀ ਮਾੜੀ ਗੱਲ ਹੈ ਕਿਸ ਤਰ੍ਹਾਂ ਦਾ ਅਰਸਤ ਇਹ ਬਦਲ ਦਿੱਤੀ ਸੀ ਮਹਿਸੂਸ ਕੀਤੀ ਬਦਲਿਆ ਮਤਲਬ ਪਿਆਰ ਖਤਮ ਹੋਈ ਜਾ ਰਿਹਾ ਲੋਕਾਂ ਦਾ ਅਪਸ ਵਿੱਚ ਗੁਰੂਆਂ ਸਾਡੇ ਸਾਨੂੰ ਕੀ ਸਹਾਰਾ ਸਿੱਖ ਧਰਮ ਦੇ ਪੱਲੋਂ ਤਾਂ ਕੋਈ ਪਿਆਰ ਖਤਮ ਨਹੀਂ ਹੋਇਆ ਸਿੱਖਾਂ ਨਾਲ ਜਿਹੜੇ ਵਿਸਵਾਸ ਕਰਦੇ ਨਾਲ ਜਿਹੜੇ ਦੂਸਰੇ ਬੰਦੇ ਨਾਲ ਮਤਲਬ ਜਿਹੜੇ ਪਿਆਰ ਦੇਣ ਦੀ ਬਜਾਏ ਮਿਲ ਵਰਤਨ ਦੀ ਬਜਾਏ ਮਤਲਬ ਗਲਤ ਪਾਸੇ ਨੂੰ ਜਾਂ ਮਾਰ ਮਰਾਈ ਦੇ ਵੱਲੋਂ ਤਰ੍ਹਾਂ ਇਹ ਚੀਜ਼ ਨੇ ਬਹੁਤ ਪ੍ਰਭਾਵ ਕੀਤਾ ਕਿ ਗੁਰੂ ਤਾਂ ਸਾਡਾ ਪਿਆਰ ਕਰਨ ਨੂੰ ਦੱਸਦਾ ਪਿਆਰ ਕਰੋ ਜੇਨ ਪ੍ਰੇਮ ਕੀਤੇ ਨਹੀਂ ਪ੍ਰਾਪਾਇਓ ਅਸੀਂ ਦੂਸਰੇ ਪਾਸੇ ਇਧਰ ਨੂੰ ਜਾਣ ਦੀ ਜਾਇ ਪਰ ਜਿੱਥੇ ਗੁਰੂ ਪਾਸ਼ਾ ਕਹਿੰਦੇ ਨੇ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇ ਤੱਕਿਸ਼ ਕਾ ਜੋ ਇਹ ਕੌਮ ਉਸ ਸੰਘਰਸ਼ ਦੇ ਵਾਸਤੇ ਮਜਬੂਰ ਹੋਈ ਤਾਂ ਕਾਰਨ ਸੀ ਕੌਮ ਦੇ ਨਾਲ ਹੋਏ ਵਸਾਕਾਤ ਹਾਂਜੀ ਕੌਮ ਨੇ ਹਮੇਸ਼ਾ ਹੀ ਪਿਆਰ ਦਾ ਮਾਰਗ ਚੁੜਿਆ ਹਾਂਜੀ ਹਾਂਜੀ ਪਰ ਉਸ ਕੱਲੂ ਘਾਰੇ ਦਾ ਤੁਹਾਡੇ ਮਨ ਤੇ ਕੀ ਪ੍ਰਭਾਵ ਸੀ ਅਕਾਲ ਤਖਸਾਲ ਦਾ ਟਹਿ ਟੇ ਨਹੀਂ ਹੋ ਜਾਣਾ ਸੰਗਤਾਂ ਦਾ ਦਰਬਾਰ ਸੀ ਇਹਦੇ ਉੱਪਰ ਕਰਮਾ ਚ ਸ਼ਹੀਦ ਹੋ ਜਾਣਾ ਹਾਂਜੀ ਉਸ ਰੋਵਰ ਦਾ ਲਾਲ ਖੂਨ ਦੇ ਨਾਲ ਸੁਰਖ ਹੋ ਜਾਣਾ 9 ਨੌਜਵਾਨ ਬੱਚੇ ਬੱਚੀਆਂ ਨੂੰ ਜਿਹੜੇ ਸ਼ਰਦਾਰੂਆਂ ਦੇ ਰੂਪ ਚ ਗੁਰੂ ਪਾਸਾ ਦਾ ਸ਼ਹੀਦੀਪੁਰ ਮਨਾਉਣ ਵਾਸਤੇ ਗਏ ਸੀ ਉਹਨਾਂ ਦੀਆਂ ਲਾਸ਼ਾਂ ਦਾ ਪ੍ਰਕਰਮਾ ਚ ਰੋਲਣਾ ਉਸ ਤੋਂ ਬਾਅਦ ਪੰਜਾਬ ਦੇ ਹਰ ਨੌਜਵਾਨੀ ਦੇ ਉੱਪਰ ਤਸ਼ੱਦਦ ਹੋਣਾ ਨੌਜਵਾਨਾਂ ਨੂੰ ਘਰਾਂ ਚੋਂ ਕੱਢ ਕੱਢ ਕੇ ਕਤਲ ਕਰਨਾ ਸੁਣ ਰਹੇ ਹੋਵੋਗੇ ਤੁਸੀਂ ਉਹ ਤਵਾਰਾਂ ਦੇ ਵਿੱਚ ਬਹੁਤ ਤੋਂ ਹੁੰਦਾ ਸੀ ਇਸ ਚੀਜ਼ ਦਾ ਅੱਖਾਂ ਚ ਮਤਲਬ ਅਥਰੂ ਰੁਕਦੇ ਨਾ ਸੀ ਹੁੰਦੇ ਉਸ ਟਾਈਮ ਵੀ ਮਤਲਬ ਕਿਉਂ ਇਸ ਤਰ੍ਹਾਂ ਮਤਲਬ ਹੋ ਰਿਹਾ ਹੈ ਕਿਉਂ ਹੁਣ ਇਦਾਂ ਨਹੀਂ ਹੋਣਾ ਚਾਹੀਦਾ ਉਸ ਚੀਜ਼ ਨੇ ਬੰਤੇ ਪਰਭਾਵ ਪਾਇਆ ਕਿ ਗੁਰੂ ਦੇ ਰੱਲ ਲੱਗਣਾ ਚਾਹੀਦਾ ਹਾਂ ਜੀ ਬਹੁਤ ਦੁੱਖ ਹੁੰਦਾ ਇਸ ਚੀਜ਼ ਦਾ ਵੀ ਆ ਚੀਜ਼ਾਂ ਨਹੀਂ ਹੋਣੇ ਚਾਹੀਦੀਆਂ ਵੀ ਸਾਰੀ ਕੌਮ ਮਤਲਬ ਪਿੰਡਾਂ ਚ ਕੋਈ ਮਤਲਬ ਹੈ ਨਾ ਅਸੀਂ ਲੋਕਾਂ ਨੂੰ ਆਪਸ ਵਿੱਚ ਮਤਲਬ ਸਾਰਿਆਂ ਨਾਲ ਪਿਆਰ ਉਸਗਾ ਮਤਲਬ ਉਹ ਤੋਂ ਜਾਣ ਦਾ ਮੌਕਾ ਹੀ ਮਿਲਦਾ ਰਿਹਾ ਨਾਲੋ ਨਾਲ ਕਿ ਪਿੰਡਾਂ ਦੇ ਵਿੱਚ ਸਾਡੇ ਪਿੰਡ ਪੰਡਤਾਂ ਦੇ ਘਰ ਸਗੇ ਉਹਨਾਂ ਨਾਲ ਮਿਲਦੇ ਸਗੇ ਪਰ ਉਹਨਾਂ 'ਚ ਇੱਕਦਮ ਚੇਂਜ ਹੋਣ ਦਾ ਮਤਲਬ ਬੜਾ ਦੁੱਖ ਹੁੰਦਾ ਸੀ ਕਿ ਇਹ ਨਹੀਂ ਹਿੰਦੂ ਹਿੰਦੀ ਆਖਬਾਰਾਂ ਲਾ ਲਈਆਂ ਇੱਕਦਮ ਹੀ ਜਿਹੜੇ ਮੁੰਡੇ ਸਾਡੇ ਨਾਲ ਪੜ੍ਹਦੇ ਸੀ ਪੰਜਾਬੀ ਪੜ੍ਹਦੇ ਪੜ੍ਹਦੇ ਜਿਨਾ ਉਹਨਾਂ ਦੀ ਨਾ ਸਿੰਧੀ ਉਹਨੇ ਵੀ ਆਪਣੇ ਆਪ ਨੂੰ ਚੇਂਜ ਕਰ ਲਿਆ ਹਿੰਦੀ ਬੋਲਣੀ ਸ਼ੁਰੂ ਕਰ ਲਈ ਆਪਸ ਵਿੱਚ ਹਿੰਦੀ ਆਖਬਾਰਾਂ ਆਉਣੀਆਂ ਸ਼ੁਰੂ ਹੋ ਗਈਆਂ ਉਸ ਚੀਜ਼ ਦਾ ਮਨ ਤੇ ਥੋੜਾ ਚੇਂਜ ਹੋਇਆ ਪਰ ਸਾਡਾ ਪਿਆਰ ਉਹਨਾਂ ਪ੍ਰਤੀ ਉਸ ਤਰ੍ਹਾਂ ਹੀ ਰਿਹਾ ਜਿਸ ਤਰ੍ਹਾਂ ਜਾਨਣਾ ਮਿਲਣਾ ਵਰਤਣਾ ਉਹ ਸਾਰਾ ਸਿੱਖ ਦਾ ਸੁਭਾਅ ਗੁਰਸਿੱਖੀ ਜੀਵਨ ਚਾਹ ਦੇ ਵਿੱਚ ਕਿ ਸਭ ਕੋ ਮ ਹਮਸਾਪਨ ਦਾ ਬਿਹਾਰ ਚੇਂਜ ਹੋਇਆ ਲੱਗਾ ਮਤਲਬ ਜਦਾਂ ਪਿੱਛੇ ਹਟ ਗਏ ਹੁੰਦੇ ਆ ਜਾਂ ਮਤਲਬ ਆਪਣੇ ਆਪ ਨੂੰ ਉਹਨੇ ਵੱਖਰਾ ਜਿਹਾ ਮਤਲਬ ਆਪਣੇ ਦੈਰੇ ਚ ਕਰ ਲਿਆ ਇਸ ਚੀਜ਼ ਦਾ ਬੜਾ ਦੁੱਖ ਹੁੰਦਾ ਉਸ ਉਸ ਫਰਕ ਤੋਂ ਤੁਹਾਨੂੰ ਕੀ ਮਹਿਸੂਸ ਹੁੰਦਾ ਉਸ ਫਰਕ ਤੋਂ ਮਹਿਸੂਸ ਇਹ ਹੁੰਦਾ ਕਿ ਕਿਸੇ ਨਾ ਕਿਸੇ ਰੂਪ ਚ ਕੌਮਨਾ ਵਿਤਕਰਾ ਹੋ ਰਿਹਾ ਹਾਂਜੀ ਫਿਰ ਖੰਡੇ ਵਾਟੇ ਦੀ ਦਾਤ ਕਦੋਂ ਲਈ ਅਮਰਤੀ ਖੰਡੇ ਵਾਟੇ ਦੀ ਦਾਤ ਫਿਰ ਜਦੋਂ ਰਜਨੀਸ਼ ਲੋਂ ਚੇਂਜ ਹੋ ਕੇ ਫਿਰ ਮਨ ਮਤਲਬ ਗੁਰਸਿੱਖੀ ਆ ਲੱਗਿਆ ਹੌਲੀ 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 ਫਿਰ ਮਤਲਬ ਔਰ ਕੀਰਤਨ ਖੰਡ ਕੀਰਤਨ ਜਿਹਾ ਵਾਰੇ ਇੰਗਲੈਂਡ ਤੋਂ ਆਏ ਇੱਥੇ ਕੋਲੋਨ ਦੇ ਵਿੱਚ ਫਿਰ ਉਹਨੇ ਭਾਈ ਸਤਨਾਮ ਸਿੰਘ ਦੇ ਘਰ ਦੇ ਮਤਲਬ ਆ ਕੇ ਦਰਬਾਰ ਸਜਾਇਆ ਜਦੋਂ ਮਹਾਰਾਜ ਦਾ ਸਰੂਪ ਸਿਗਾ ਤੇ ਪੰਜ ਸਿੰਘ ਨਾਮ ਸਿਮਰਨ ਕਰ ਰਹੇ ਸਕੇ ਉਸ ਟਾਈਮ ਤੇ ਜਦੋਂ ਫਿਰ ਸਾਨੂੰ ਪੇਸ਼ ਕੀਤਾ ਉਸ ਟਾਈਮ ਤੇ ਤੁਸੀਂ ਰਾਧਾ ਸਵਾਮੀ ਮੱਧ ਦੇ ਪੰਜ ਸ਼ਬਦ ਵੀ ਸੁਣ ਚੁੱਕੇ ਸੀ ਰਜਨੀਸ਼ ਤੇ ਪੰਜ ਆਸ਼ਣ ਵੀ ਕਰ ਚੁੱਕੇ ਸੀ ਹੁਣ ਪੰਜ ਪਿਆਰਿਆਂ ਦੇ ਜਦੋਂ ਸਾਰ ਨੂੰ ਖੜੇ ਸੀ ਕੀ ਫਰਕ ਮਹਿਸੂਸ ਕਰ ਰਹੇ ਸੀ ਫਰਕ ਇਸ ਤਰ੍ਹਾਂ ਲੱਗਾ ਪਏ ਜਿੱਦਾਂ ਜ਼ਮੀਨ ਤੇ ਮਤਲਬ ਸਵਰਗ ਆ ਗਿਆ ਹੰਦ ਉਤਰੀਆਂ ਦਾ ਉੱਥੇ ਅੰਦਰ ਵੜਦੇ ਆਂ ਕੁਆੜ ਖੁੱਲ ਗਏ ਨਾਲੇ ਮਤਲਬ ਸੁਧਵਦ ਭੁੱਲ ਜਾਂਦੀ ਸੀ ਮਤਲਬ ਬਹੁਤ ਆਨੰਦ ਆਇਆ ਕੀ ਲੱਗ ਰਿਹਾ ਸੀ ਕਿ ਜਿਹੜਾ ਰੱਬ ਦਾ ਰਸਤਾ ਤੁਸੀਂ ਲੱਭ ਰਹੇ ਸੀ ਹੁਣ ਸਹੀ ਰਸਤਾ ਚੱਲ ਗਏ ਹਾਂ ਮਤਲਬ ਇਸ ਸਟੈਂਪ ਤੇ ਮਤਲਬ ਪਤਾ ਲੱਗ ਗਿਆ ਵੀ ਮਹਾਰਾ ਇਹ ਹੀ ਰਸਤਾ ਇਹ ਤੋਂ ਹੋਰ ਰਸਤਾ ਕੋਈ ਨਹੀਂ ਹੈ ਕੀ ਫਰਕ ਮਹਿਸੂਸ ਹੋਇਆ ਉਹਨਾਂ ਤੇ ਨਹਾ ਰਾਵਾਂ ਦੇ ਵਿੱਚ ਮਤਲਬ ਜਿਸ ਚੀਜ਼ ਦੀ ਭਾਲ ਸੀ ਉਹ ਅਮਰ ਸ਼ਕਨ ਤੋਂ ਬਾਅਦ ਮਤਲਬ ਉਹ ਚੀਜ਼ ਤ੍ਰਿਪਤ ਹੋ ਗਿਆ ਮਨ ਮਤਲਬ ਸਾਰੀ ਰਾਤ ਅਮਰ ਸ਼ਕਨ ਤੋਂ ਬਾਅਦ ਸਿਮਰਨ ਕਰਦੇ ਰਹੇ ਉਹਨਾਂ ਬਹੁਤ ਆਸਣਾਂ ਦੇ ਨਾਲ ਜਾਂ ਫਿਰ ਰਟਣ ਦੇ ਨਾਲ ਹੀ ਤ੍ਰਿਪਤ ਨਹੀਂ ਸੀ ਹੋਇਆ ਮਨ ਖੰਡੇ-ਬਾਟੇ ਦੀ ਪਾਹੂਲ ਦੇ ਨਾਲ ਮਨ ਨੂੰ ਤ੍ਰਿਪਤੀ ਮਿਲੀ ਉਸ ਤੋਂ ਬਾਅਦ ਦਾ ਜੀਵਨ ਉਸ ਤੋਂ ਬਾਅਦ ਤਾਂ ਫਿਰ ਆਨੰਦੇ-ਨੰਦ ਸਗਾ ਫਿਰ ਮਤਲਬ ਆਪਣੇ ਮਨ ਚੇਂਜ ਹੋਣਾ ਸ਼ੁਰੂ ਹੋ ਗਿਆ ਦੇ ਕੋਈ ਮਤਲਬ ਕੋਈ ਗਲਤ ਆਪਣੇ ਆਪ ਨੂੰ ਵਾਸਤੇ ਨੂੰ خیال ਜਾਂਦਾ ਹੈ ਉਹ ਚੇਂਜ ਹੋਣੀ ਸ਼ੁਰੂ ਹੋਗਾ ਅੱਜ ਕੀ ਮਹਿਸੂਸ ਕਰਦੇ ਹੋ ਕਿ ਉਹ ਸਮਾਂ ਜਿਹੜਾ 1982 ਤੋਂ ਲੈ ਕੇ 99 ਤੱਕ ਦਾ 10 ਸਾਲ ਦਾ ਜਿਹੜਾ ਸਮਾਂ ਜਦੋਂ ਤੁਸੀਂ ਵੱਖ-ਵੱਖ ਗੁਰੂਆਂ ਦੇ ਕੋਲ ਰੱਬ ਦੀ ਭਾਲ ਦੇ ਵਿੱਚ ਘੁੰਮਦੇ ਰਹੇ ਹਾਂਜੀ ਉਹ ਕਿਵੇਂ ਮਹਿਸੂਸ ਹੁੰਦਾ ਸੀ ਉਹ ਮਤਲਬ ਉਸ ਚੀਜ਼ ਨੂੰ ਅਸੀਂ ਦੁਬਾਰਾ ਮਤਲਬ ਮਤਲਬ ਇੰਨਾ ਮਨ ਪਛਤਾਵਾ ਹੋਇਆ ਨਾ ਉਸ ਟਾਈਮ ਜਿੱਦਣ ਅਮਰ ਸ਼ਕੈਆ ਵੀ ਮਨਾ ਤੂੰ ਤਾਂ ਪਿਛਲੇ 30 ਸਾਲ ਉਦੋਂ ਹੀ ਕੋ ਹਾਤੇ ਜ਼ਿੰਦਗੀ ਦੇ ਮਤਲਬ ਇੰਨਾ ਮਨ ਨੂੰ ਦੁੱਖ ਹੁੰਦਾ ਸੀ ਵੀ ਇਹ ਪਿਛਲਾ ਟਾਈਮ ਤੁਹਾਡਾ ਮਤਲਬ ਬਰਬਾਦ ਹੀ ਹੋਇਆ ਹੋ। ਗੁਰੂ ਇੰਨਾ ਸਮਰੱਥ ਹੈ ਕਿ ਜਦੋਂ ਗੁਰੂ ਬਖਸ਼ਿਸ਼ ਕਰਦਾ ਹੈ, ਗੁਰੂ ਕਿਰਪਾ ਕਰਦਾ ਹੈ ਉਦੋਂ ਆਪਣੇ ਚਰਨਾਂ ਦੇ ਨਾਲ ਜੋੜ ਲਿੰਦਾ ਹੈ। ਬੇਸ਼ੱਕ ਤੁਹਾਡੇ ਉੱਪਰ 99 99 ਦੇ ਉੱਪਰ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੋਈ ਤੁਹਾਨੂੰ ਖੰਡੇ ਪਾਟੇ ਦੀ ਪਾਹੁਲ ਦੀ ਅੰਮ੍ਰਿਤ ਦੀ ਦਾਤ ਦੀ ਬਖਸ਼ਿਸ਼ ਹੋਈ ਉਸ ਤੋਂ ਪਹਿਲਾਂ ਤੁਹਾਨੂੰ ਮਹਿਸੂਸ ਹੋਇਆ ਕਿ ਇੰਨਾ ਸਮਾਂ ਤੁਸੀਂ ਬਿਨਾਂ ਮਤਲਬ ਤੋਂ ਜਿਹੜਾ ਉਹ ਬਰਬਾਦ ਕੀਤਾ ਹੈ ਜਿਹੜੇ ਹੋਰ ਵੀ ਕਈ ਵੀਰ ਅੱਜ ਵੀ ਇਨ੍ਹਾਂ ਚੱਕਰਾਂ 'ਚ ਪਏ ਹੋਏ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿਉਂਕਿ ਤੁਸੀਂ ਸਾਰੇ ਆਨੰਦ ਵੇਖ ਲਏ ਨੇ ਤੁਸੀਂ ਕੰਨਾਂ ਚਲੇ ਨਾਮਦਾਨ ਦਾ ਆਨੰਦ ਵੇਖ ਲਿਆ ਤੁਸੀਂ ਆਸਣਾ ਦਾ ਆਨੰਦ ਵੇਖ ਲਿਆ ਤਾਂ ਉਸ ਤੋਂ ਬਾਅਦ ਖੰਡੇ ਪਾਟੇ ਦੀ ਪਾਹੁਲ ਦਾ ਜਿਹੜਾ ਆਨੰਦ ਹੈ ਤੁਸੀਂ ਉਹ ਵੀ ਵੇਖਿਆ ਅੱਜ ਜਿਹੜੇ ਵੀਰ ਅਜੇ ਵੀ ਖੰਡੇ ਪਾਟੇ ਦੀ ਪਾਹਲ ਤੋਂ ਦੂਰ ਜਾ ਕੇ ਦੇਹ ਤਾਰੀਆਂ ਤੇ ਪਖੰਡੀਆਂ ਦੇ ਦੰਬਿਆਂ ਤੇ ਡੇਰਿਆਂ ਤੇ ਰੱਬ ਦੀ ਭਾਲ ਚ ਘੁੰਮਦਰੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਇਹ ਹੀ ਕਹਿਣਾ ਚਾਹੁੰਦੇ ਆਂ ਕਿ ਗੁਰੂ ਦੇ ਲੜ ਲੱਗੋ ਅਮਰ ਸ਼ਕੋ ਖੰਡੇ ਪਾਟੇ ਦਾ ਅਮਰ ਸ਼ਕਣ ਤੋਂ ਬਾਅਦ ਇੱਕ ਤਾਂ ਮਨੁੱਖ ਦੇ ਜੀਵਨ ਦੇ ਵਿੱਚ ਸਖਸ਼ੀ ਤਬਦੀਲੀ ਆਈ ਹੈ ਹਾਂਜੀ ਉਸ ਤੋਂ ਬਾਅਦ ਪੰਥਕ ਤਬਦੀਲੀਆਂ ਕਿਵੇਂ ਦੀਆਂ ਆਈਆਂ ਟਾੜਾ ਰਹਿਣ ਸੈਣ ਉਸ ਤੋਂ ਬਾਅਦ ਟਾੜਾ ਸਮਾਜਿਕ ਦਾਇਰਾ ਔਰ ਉਸ ਤੋਂ ਬਾਅਦ ਪੰਥਕ ਜਥੇਬੰਦਕ ਦਾਇਰਾ ਉਸ ਚੀਜ਼ ਕੇ ਵੀ ਦੀਆਂ ਤਬਦੀਲੀਆਂ ਆਈਆਂ ਪਹਿਲਾਂ ਰਹਿਣ ਸਹਿਣ ਦੇ ਢੰਗ ਯਾਰੀ ਦੋਸਤੀ ਜਾਂ ਲੋਕਾਂ ਦੇ ਨਾਲ ਮੇਲ ਮਲਾਪ ਹੋਰ ਤਰ੍ਹਾਂ ਦਾ ਸੀ ਅਮਰ ਸ਼ਕਣ ਤੋਂ ਬਾਅਦ ਕੁਦਰਤੀ ਤਬਦੀਲੀਆਂ ਆਈਆਂ ਹੋਣਗੀਆਂ ਹਾਂਜੀ ਕਿਉਂਕਿ ਉਹ ਅੱਜ ਉਹ ਤਬਦੀਲੀਆਂ ਕਿਸ ਤਰ੍ਹਾਂ ਦੀਆਂ ਨੇ ਹਾਂਜੀ ਅੱਜ ਕੱਲ ਬਸ ਪਰਿਵਾਰ ਪਾਲੀ ਦਾ ਜੀ ਬੱਚੇ ਮਤਲਬ ਉਹਨਾਂ ਲਈ ਸਵੇਰੇ ਚੱਲ ਜਿਹਦਾ ਮਾਰਕੀਟ ਲਾਇਦੀ ਆ ਪੰਜ ਦਿਨ ਦੋ ਦਿਨ ਰੱਖਿਓ ਗੁਰੂ ਲਈ ਐਤਵਾਰ ਤੇ ਸੋਮਵਾਰ ਇੱਥੇ ਬੱਚਿਆਂ ਨੂੰ ਸਿਖਾ ਲਈਦਾ ਗੁਰਸਿੱਖੀ ਦੇ ਬਾਰੇ ਉਹਨਾਂ ਨੂੰ ਜੋੜੀਦਾ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜੀਦਾ ਪਹਿਲਾਂ ਛੋਟੇ ਹੁੰਦੇ ਪੰਜਾਬੀ ਪੜ੍ਹਾਈ ਪੰਜਾਬੀ ਪੜ੍ਹਾਉਣ ਤੋਂ ਬਾਅਦ ਹੁਣ ਮਤਲਬ ਗੁਰਬਾਣੀ ਦੇ ਲੜ ਲੱਗੇ ਉਹ ਹੌਲੀ-ਹੌਲੀ ਗੁਰਬਾਣੀ ਸਿੱਖ ਰਿਹਾ ਇਹੋ ਇਸ ਤੋਂ ਇਲਾਵਾ ਹੋਰ ਕੋਈ ਸਮਾਜਿਕ ਤੁਹਾਡਾ ਰੁਚੀਵਾ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਿਸੇ ਗਰੀਬ ਪਰਿਵਾਰ ਦੀ ਮਦਦ ਇਸ ਤਰ੍ਹਾਂ ਦਾ ਕੋਈ ਹਾਂਜੀ ਪਿੰਡ ਦੇ ਵਿੱਚ ਜਾਂ ਹੋਰ ਕਿਸੇ ਸੱਜਣ ਵੇਲੀ ਦੇ ਨਗਰ ਦੇ ਵਿੱਚ ਕਿਸੇ ਨੂੰ ਜ਼ਰੂਰਤ ਹੁੰਦੀ ਆ ਉਹ ਸੇਵਾ ਕਰਦੀ ਦੀ ਆ ਕਿਸੇ ਦੇ ਵਿਆਹ ਤੇ ਲੋੜ ਆ ਉੱਤੇ ਕਰਦੀ ਦੀ ਆ ਸਹੁਰਿਆਂ ਦੇ ਪਰਿਵਾਰਾਂ ਚ ਕਿਸੇ ਦੇ ਗਰੀਬ ਪਿੰਡ ਚ ਕੋਈ ਵੀ ਹੋਵੇ ਪਾਣੀ ਦੀ ਕਿਤੇ ਸੇਵਾ ਪਾਣੀ ਟੁੱਟੀ ਟੱਟੀ ਲਵਾ ਦਿੱਤੀ ਜਾਂ ਕੋਈ ਹੋਰ ਕਿਸੇ ਵਿਆਹ ਸ਼ਾਦੀ ਤੇ ਹੈਲਪ ਕਰਦੀ ਦੀ ਆ ਖੈਰ ਦਰਸ਼ਕਾਂ ਨੂੰ ਨਾਲ ਚੱਲਦੇ ਚੱਲਦੇ ਦੱਸਦੀ ਏ ਕਿ ਜੂਨ 84 ਨਾਲ ਸੰਬੰਧਿਤ ਇਨ੍ਹਾਂ ਜਿਹੜੀਆਂ ਮੁਲਾਕਾਤਾਂ ਨੇ ਇਹਨਾਂ ਦੇ ਵਿੱਚ ਸਾਡਾ ਇੱਕ ਇਹ ਵੀ ਵਿਸ਼ਾ ਸੀ ਕਿ ਕਿਸ ਤਰ੍ਹਾਂ ਦੇ ਨਾਲ ਮਨੁੱਖ ਦੇ ਜੀਵਨ ਦੇ ਵਿੱਚ ਹੌਲੀ ਹੌਲੀ ਤਬਦੀਲੀਆਂ ਆਉਂਦੀਆਂ ਨੇ ਬੇਸ਼ੱਕ ਉਹ ਤਬਦੀਲੀਆਂ ਇੱਕ ਖਾਸ ਮਿਆਰ ਤੇ ਆ ਕੇ ਰੁਕ ਨਹੀਂ ਜਾਂਦੀਆਂ ਮਨੁੱਖ ਆਪਣਾ ਜੀਵਨ ਜਿਹੜਾ ਪਰਿਵਾਰ ਤੋਂ ਸ਼ੁਰੂ ਕਰਦਾ ਏ ਉਸ ਪਰਿਵਾਰ ਦੇ ਵਿੱਚ ਆਹ ਮਨੁਮਕਤਾਈ ਦੇ ਜੀਵਨ ਤੋਂ ਮਨੁੱਖ ਰੱਬ ਦੀ ਭਾਲ ਦੇ ਵਿੱਚ ਵੱਖ-ਵੱਖ ਡੇਰਿਆਂ ਤੇ ਜਾਂਦਾ ਵੱਖ-ਵੱਖ ਡੇਰਿਆਂ ਤੋਂ ਹੁੰਦਾ ਹੋਇਆ ਮਨੁੱਖ ਜਦੋਂ ਗੁਰੂ ਦੇ ਚਰਨਾਂ ਦੇ ਨਾਲ ਲੱਗਦਾ ਏ ਤਾਂ ਉਹਦਾ ਪੰਥਕ ਜੀਵਨ ਤੋਂ ਪਹਿਲਾਂ ਸਖਸ਼ੀ ਜੀਵਨ ਸ਼ੁਰੂ ਹੋ ਜਾਂਦਾ ਜਿਸ ਤਰ੍ਹਾਂ ਭਾਈ ਬੂਟਾ ਸਿੰਘ ਦੇ ਨਾਲ ਗੱਲਬਾਤ ਹੋਈ ਹੈ ਉਹ ਆਪਣੇ ਪਰਿਵਾਰ ਦੇ ਵਿੱਚ ਗੁਰਸਿੱਖੀ ਨੂੰ ਲੈ ਕੇ ਤੁਰੇ ਨੇ ਇਸ ਸਖਸ਼ੀ ਜੀਵਨ ਤੋਂ ਬਾਅਦ ਪੰਥਕ ਜੀਵਨ ਦੀ ਸ਼ੁਰੂਆਤ ਸਿੱਖ ਮਰਿਆਦਾ ਚ ਹੋ ਜਾਂਦੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਅਸੀਂ ਆਪਣੇ ਪਰਿਵਾਰ ਦੇ ਨਾਲੇ ਨਹੀਂ ਬਲਕਿ ਪੰਥ ਪਰਿਵਾਰ ਦੇ ਬਾਰੇ ਵੀ ਸੋਚਣਾ ਹੈ ਸਾਡਾ ਇਸ ਮੁਲਾਕਾਤ ਦਾ ਨਿਸ਼ਾਨਾ ਇਹ ਹੀ ਸੀ ਕਿ ਸਾਡੇ ਮਨ ਦੇ ਵਿੱਚ ਸਾਡੀ ਮਾਨਸਿਕਤਾ ਦੇ ਵਿੱਚ ਗੁਰੂ ਪੰਥ ਪਿਆਰ ਦੇ ਇਹ ਭਾਵ ਜਨਮ ਲੈ ਸਕਣ ਕਿ ਅਸੀਂ ਹੋਰ ਰਸਤਿਆਂ ਨੂੰ ਛੱਡ ਕੇ ਗੁਰੂ ਦੇ ਰਾਹ ਤੇ ਤੁਰਨਾ ਹੈ ਔਰ ਅਸੀਂ ਆਪਣੀ ਸਖਸ਼ੀ ਜੀਵਨ ਨੂੰ ਆਪਣੇ ਜੀਵਨ ਦੇ ਵਿੱਚ ਨਿਭਾਉਂਦਿਆਂ ਨਿਭਾਉਂਦਿਆਂ ਪੰਥਕ ਜੀਵਨ ਦਾ ਪੰਥਕ ਰਹਿਣੀ ਦਾ ਹਿੱਸਾ ਬਣਨਾ ਹੈ ਤਾਂ ਕਿ ਅਸੀਂ ਉਸ ਅਵਸਥਾ ਤੇ ਪਹੁੰਚ ਸਕੀਏ ਲੋਕ ਸੁਖੀਏ ਪਰਲੋਕ ਸੁਖੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਸਰਦਾਰ ਬੂਟਾ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਟੂਡੀਓ ਦੇ ਵਿੱਚ ਆਏ ਸਾਡਾ ਤੁਹਾਡੇ ਨਾਲ ਗੱਲਬਾਤ ਕਰਨ ਦਾ ਮਕਸਦ ਕੇਵਲ ਇੰਨਾ ਸੀ ਕਿ ਕਿਸ ਤਰ੍ਹਾਂ ਦੇ ਨਾਲ ਮਨੁੱਖ ਵੱਖ-ਵੱਖ ਥਾਵਾਂ ਤੋਂ ਭਟਕ ਕੇ ਗੁਰਮਤ ਦੇ ਧਾਰੇ ਚ ਆਉਂਦਾ ਤੇ ਗੁਰਮਤ ਦੇ ਧਾਰੇ ਚ ਆ ਕੇ ਜਿਹੜਾ ਉਹਨੂੰ ਆਨੰਦ ਮਿਲਦਾ ਹੈ ਉਹ ਨਾ ਤਾਂ ਕੰਨਾਂ ਚ ਲੈਣ ਵਾਲੇ ਮੰਤਰਾਂ ਚ ਹੈ ਨਾ ਉਹ ਆਸਣਾ ਦੇ ਵਿੱਚ ਹੈ ਜਿਹੜਾ ਆਨੰਦ ਗੁਰੂ ਨੇ ਅੰਮ੍ਰਿਤ ਚ ਬਖਸ਼ ਦਿੱਤਾ ਹੈ ਜਿਹੜਾ ਗੁਰੂ ਪਾਤਸ਼ਾਹ ਨੇ ਬੜਾ ਸਪਸ਼ਟ ਕਿਹਾ ਕਿ ਆਹ ਉਹ ਸਿੱਖ ਸਤਗੁਰੂ ਕੇ ਪਿਆਰ ਉਹ ਗਾ ਉਹ ਸੱਚੀ ਬਾਣੀ ਉਸ ਬਾਣੀ ਦੇ ਨਾਮ ਅੰਮ੍ਰਿਤ ਦੇ ਵਿੱਚੋਂ ਖੰਡੇ ਬਾਟ ਦੇ ਦਾ ਜਿਹੜੇ ਪਾਹਲ ਹੈ ਉਹ ਗੁਰੂ ਤੋਂ ਲੈਣੀ ਹੈ ਅੰਮ੍ਰਿਤ ਪੀਆ ਸਤਗੁਰ ਦੀਆ ਅਵਰ ਨਾ ਜਾਣਾ ਦੁਆ ਤੀਆ ਸੋ ਗੁਰੂ ਪਾਤਸ਼ਾਹ ਤੇ ਬਾਰ ਬਾਰ ਕਹਿ ਰਹੇ ਨੇ ਕਿ ਖੰਡੇ ਬਾਟੇ ਦੀ ਪਾਹੁਲ ਲੈ ਕੇ ਸਿੱਖ ਜਿਹੜਾ ਕੋ ਗੁਰੂ ਦਾ ਸਿੱਖ ਬਣੇ ਖਾਲਸਾਪਨ ਦੀ ਜਥੇਬੰਦੀ ਦਾ ਹਿੱਸਾ ਬਣੇ ਤੇ ਆਪਣਾ ਜਨਮ ਸਫਲ ਕਰਦਾ ਹੋਇਆ ਇਸ ਸਮੁੱਚੇ ਪੰਥ ਤੇ ਪੰਥਕ ਜੀਵਨ ਦੇ ਵਿੱਚ ਪੰਥਕ ਜਥੇਬੰਦਕ ਤੌਰ ਤੇ ਘਾੜਤ ਦੇ ਵਿੱਚ ਆਪਣਾ ਜਿਹੜਾ ਯੋਗਦਾਨ ਪਾਵੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਫਤਿਹ ਦੀ ਸਾਂਝ ਕਰੀਏ ਕੱਜ ਕੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ